ਆਂਦਾ ਘਰੇ ਲੱਗੇ ਇੱਥੇ ਮਸਾਂ ਸੰਭਰ ਦੀ ਇਹਦੇ ਨਾਲ ਦੋ ਵਾਰੀ ਢੇਰੀ ਲਾ ਦੀ ਇਕੱਠੀ ਕਰਕੇ। ਬੇਬੇ ਨੂੰ ਕਿੰਨੇ ਵਾਰੀ ਕਹਿਤਾ ਬੇਬੇ ਬੌਂਕਰ ਲਿਆ ਦੇ ਚੱਜ ਦੀ, ਬੌਂਕਰ ਨੀ ਲਿਆ ਕੇ ਦਿੰਦੀ ਵੱਡੀ, ਫਿਰ ਤਾਂ ਮੂੰਹ ਸੁੱਕ ਗਿਆ ਕਿਹੜੇ ਵੇਲੇ ਹੋ ਗਿਆ ਜੀ ਨੇ, ਦੋ ਵਾਰੀ ਤਰੋ ਮੈਂ ਸੰਭਰਤਾ ਹਾਏ ਜਿਹਾ ਪਾਥੀਆਂ ਥੱਲਣ ਵਾਲੀਆਂ ਪਈਆਂ, ਨੀਰਾ ਪਾਤਾ ਹਾਏ, ਮੈਨੂੰ ਤਾਂ ਭੁੱਖ ਲੱਗੀ ਪਈ ਆ, ਹੁਣ ਰੋਟੀ ਖਾ ਕੇ ਆਉਂਦੀ ਹਾਂ, ਪਹਿਲਾਂ ਜਿਹੜਾ ਰਹਿ ਗਿਆ ਫੇਰ ਕਰੂੰ ਮੈਂ, ਇਸ ਨੂੰ ਫੇਰ ਲਿਆ ਕੇ ਬੰਨੂ, ਮੈਨੂੰ ਤਾਂ ਹੁਣ ਨਾ ਚੱਕਰ ਆਈ ਜਾਂਦੇ ਆ ਰੋਟੀ ਬਿਨਾਂ ਭੁੱਖੀ ਨੂੰ, ਕੁਛ ਤਾਂ ਅੰਦਰ ਪਿਆ ਨੀਰਾ ਕੁਛ ਆ ਪਿਆ ਹੈਗਾ, ਟੋਕਾ ਵੀ ਹਜੇ ਕਰਨ ਵਾਲਾ ਪਿਆ, ਬੇਬੇ ਫੀਟਰ ਚ ਤੇਲ ਵੀ ਨੀ ਲਿਆ ਕੇ ਪਾਉਂਦੀ, ਉਹ ਵੀ ਕਹਿੰਦੀ ਮਸ਼ੀਨ ਫੇਰ ਕੇ ਕਰ ਟੋਕਾ, ਉਹ ਮਰ ਜਾ ਪੇ ਅੰਦਰ ਧਰਤਾ ਸੀ, ਚੱਲ ਵਧੀਆ ਹਰਾਇਆ ਤਾਂ ਵਧੀਆ, ਕੀ ਕਰਾਂ ਹੁਣ, ਪਹਿਲਾਂ ਟੋਕਾ ਕਰਾਂ ਕਿ ਰੋਟੀ ਖਾ ਕੇ ਆਵਾਂ, ਜੇ ਮੈਂ ਟੋਕਾ ਕਰਨ ਲੱਗ ਗਈ ਮੇਰੇ ਤਾਂ ਕਾਲਜਾ ਪਹਿਲਾਂ ਦੁਖੀ ਜਾਂਦਾ, ਮੇਰੇ ਤਾਂ ਜੰਮੀ ਹੋਈ ਗੱਲ ਬੁਰਾ ਹਾਲ ਹੋ ਜੂਗਾ, ਇਹਨੂੰ ਤਾਂ ਆ ਕੀ ਟੋਕਾ ਕਰੂੰਗੀ, ਪਹਿਲਾਂ ਰੋਟੀ ਖਾ ਕੇ ਆਉਂਦੀ ਹਾਂ, ਹਾਏ ਹਾਏ ਮੂੰਹ ਸੁੱਕ ਗਿਆ ਜਮਾਂ, ਪਾਣੀ ਨਾਲ ਤਿਹਾਈ ਮਰ ਗਈ, ਬੇਬੇ ਪਤਾ ਨੀ ਕਿੱਥੇ ਹੋਊਗੀ, ਚੱਲ ਬੋਝ ਕੇ ਜੀ ਰੋਟੀ ਖਾ ਆਉਂਦੀ ਹਾਂ, ਇਹਨੂੰ ਪਤਾ ਲੱਗ ਗਿਆ ਨਾ ਜੀਂਦੀ ਤਾਂ ਹੈ ਨੀ ਕਿਤੇ, ਮੈਂ ਬੋਝ ਕੇ ਰਸੋਈ ਚ ਵਗ ਜਾਂਦੀ ਹਾਂ। ਬੇਬੇ ਬਾਹਰ ਕਾਹਤੋਂ ਆਈ ਜਾਂਦੀ ਹੈ, ਬਾਹਰ ਤਾਂ ਇੱਧਰ ਕੋਈ ਬਿੱਲੀ ਬੁੱਲੀ ਵੜ ਜਾਂਦੀ, ਦੁੱਧ ਪਿਆ ਗਾ, ਦੁੱਧ ਪਿਆ ਪਿਆ, ਮੈਂ ਤਾਂ ਰੋਟੀ ਖਾਣੀ ਹੈ, ਮੈਂ ਭੁੱਖ ਲੱਗੀ ਪਈ ਹੈਗੀ, ਪਹਿਲਾਂ ਟੋਕਾ ਕਰਤਾ, ਬੇਬੇ ਟੋਕਾ ਤਾਂ ਕਰਿਆ ਨੀ, ਟੋਕਾ ਫੇਰ ਕਰ ਦੂੰਗੀ, ਤੂੰ ਬਾਅਦ ਚ ਕਰ ਦੂੰਗੀ, ਬੇ ਫੀਟਰ ਚ ਤੇਲ ਲਿਆ ਕੇ ਪਾ ਦੇ ਨਾ, ਤੇਲ ਤੂਲ ਤਾਂ ਕੋਈ ਨੀ ਹੱਥਾਂ ਨਾਲ ਹੀ ਕਰ ਲਾਂਗੇ, ਤੇਲ ਪਤਾ ਮਹਿੰਗਾਈ ਕਿੰਨੀ ਹੈਗੀ, ਤੇਲ ਕਿੱਥੋਂ ਆਉਂਦਾ ਆਪਾਂ ਤਾਂ ਹੱਥਾਂ ਨਾਲ ਹੀ ਕਰ ਲਾ ਟੋਕਾ, ਆਪਣੇ ਕੋਲੇ ਕੁਛ ਹੈ ਨੀ, ਬਸ ਐਵੇਂ ਤਾਂ ਨੀ ਹੁਣ ਸੁਰਲੇ ਡਾਉਣੇ, ਉਹ ਪੈਸੇ ਵੀ ਪਰ 100 ਕੰਮ ਆਉਣਗੇ, ਦੋ ਰੋਟੀਆਂ ਤੇ ਦੇ ਦੇ ਮੈਨੂੰ ਭੁੱਖ ਲੱਗੀ, ਮੇਰੀ ਤਾਂ ਗੱਲ ਸੁਣ, ਪਹਿਲਾਂ ਐ ਕਰ ਤੂੰ, ਉਹਨਾਂ ਤੇ ਗੋਹਾ ਸਿੱਟਿਆ ਤੇ ਮੈਂ ਉੱਥੋਂ ਨਾ ਰੂੜੀ ਤੋਂ ਗੋਹੇ ਚੁੱਕ ਕੇ ਲਿਆ ਤੇ ਪਹਾੜੇ ਚ ਦਾਲ ਧਰਾਂਗੇ, ਫਿਰ ਤੂੰ ਰੋਟੀ ਖਾ ਲੇ, ਬੇਬੇ ਇੰਨੀਆਂ ਤਾਂ ਪਾਥੀਆਂ ਪਈਆਂ ਅੰਦਰ, ਪਾਥੀਆਂ ਪਾ ਦੇਵਾਂਗੇ, ਦੋ ਪਾਥੀਆਂ ਨੀ ਵਰਤਣੀਆਂ, ਉਹ ਤਾਂ ਸਿਆਲ ਆਊਗਾ ਮੂਹਰੇ, ਸਿਆਲ ਚ ਵਰਤਾਂਗੇ ਆਪਾਂ, ਹੁਣ ਰੂੜੀ ਤਾਂ ਸੁੱਕਾ ਸੁੱਕਾ ਗੋਹਾ ਪਾਇਆ ਉਹ ਲੈ ਕੇ ਆ ਤੂੰ, ਬੇਬੇ ਪਾਣੀ ਦਾ ਗਲਾਸ ਹੀ ਦੇ ਦੇ, ਪਾਣੀ ਤਾਂ ਪੀ ਲੈ, ਪਾਣੀ ਆ ਤਾਂ ਪੀ ਲਈ, ਕੋਈ ਨੀ ਮੈਂ ਤਾਂ ਦਾਲ ਧਰਨ ਮੈਨੂੰ ਬੈਠੀ ਆ, ਚੱਲੇ ਆਉਂਦੀ ਆ, ਫਿਰ ਤੂੰ ਦਾਲ ਨਾ ਖਾਈ ਰੋਟੀ, ਮੈਂ ਦਾਲ ਧਰੂੰਗੀ ਹੁਣ ਆਰੇ ਚ, ਤੂੰ ਗੋਹੇ ਲਿਆ ਦੇ, ਭੁੱਖ ਤਾਂ ਹੋਣ ਲੱਗੀ ਪਈ, ਦਾਲ ਤਾਂ ਕਦੋਂ ਨੂੰ ਬਣੂਗੀ, ਕੋਈ ਨੀ ਫਿਰ ਤੂੰ ਦਾਲ ਨਾ ਹੀ ਖਾਏਂਗੀ, ਹੁਣ ਐਵੇਂ ਤਾਂ ਨੀ ਖਾਏਂਗੀ ਰੋਟੀ, ਚੰਗਾ ਲਿਆ ਜਾਂਦੀ ਆ ਬੇਬੇ, ਆਹੋ ਸਾਰਾ ਦਿਨ ਰੋਟੀ ਰੋਟੀ ਰੋਟੀ, ਕੰਮ ਨੀ ਧੰਦਾ ਨੀ ਕਰਦੀ, ਟੋਕਾ ਉਹ ਕਰਨ ਵਾਲਾ ਪੈ, ਗੋਹਾ ਦੇਖ ਕੇ ਮੈਂ ਗੋਹਾ ਪਿੱਛੇ ਕਰਦੀ, ਹੁਣ ਸਾਰਾ ਦਿਨ ਪਾਣੀ ਪੀਣਾ ਰੋਟੀ ਖਾਣੀ, ਬਸ ਆਹੀ ਕਰਦੀ ਫਿਰੂਗੀ ਕਮਲੀ, ਹੁਣ ਦੇਖ ਲੈ ਬੇਬੇ ਨੀ ਨਾ ਤਾਂ ਪਹਿਲਾਂ ਰੋਟੀ ਖਾਣ ਦਿੱਤੀ ਏ, ਨਾ ਪਾਣੀ ਪੀਣ ਦਿੱਤਾ, ਮੇਰਾ ਤਾਂ ਮੂੰਹ ਸੁੱਕਿਆ ਪਿਆ ਸੀ, ਪਹਿਲੀ ਮੈਂ ਤਾਂ ਮਸਾਂ ਕੰਮ ਕਰਕੇ ਆਈ ਆ, ਨੀਰਾ ਚਾਰਾ ਪਾ ਕੇ ਆਈ ਆ, ਕੀ ਕਰਾਂ ਹੁਣ, ਕੋਈ ਤਰ ਤੱਪਾ ਵੀ ਨੀ ਹੈਗਾ ਬਾੜੀ ਚ, ਉਹ ਵੀ ਲਏਗੀ ਤੋੜ ਕੇ ਸਾਰਾ ਕੁਛ ਲੈ ਜਾਂਦੀ ਆ, ਤੋੜ ਕੇ ਜਾ ਕੇ ਫ੍ਰਿਜ ਚ ਜਿੰਦਾ ਲਾ ਆਉਂਦੀ ਹੈਗੀ, ਕੋਈ ਚੀਜ਼ ਨੀ ਦਿੰਦੀ ਜਮਾ ਖਾਣ ਨੂੰ, ਚੱਲ ਹੁਣ ਗੋਹੇ ਚੱਕ ਕੇ ਲਿਆਵਾਂ, ਕਿਹੜੇ ਲੈ ਰੂੜੀ ਤੇ ਗੋਹੇ, ਹੁਣ ਤਾਂ ਰੇਹ ਪਾ ਕੇ ਹਟਿਆ ਤੇ ਕਿੱਥੇ ਬਣ ਗਏ ਗੋਹੇ, ਕਿੱਥੋਂ ਲੈ ਕੇ ਜਾਵਾਂ, ਮੈਂ ਪਾਥੀਆਂ ਨੀ ਚੱਕਣ ਦਿੰਦੀ ਜਮਾ, ਚਲਾ ਲੈ ਜਾਂਦੀ ਆ ਛੋਟੇ ਛੋਟੇ ਚੱਕ ਕੇ, ਤੇ ਦੁਖੀ ਕਰਨਾ ਤਾਂ ਪਾਉਣਾ ਮੈਨੂੰ, ਇਹ ਗੱਲ ਜਾਣ ਜਾਣ ਕੇ ਬਦਲੇ ਲੈਂਦੀ ਹੈ, ਇਹਨੂੰ ਪਤੀ ਹੈ ਵੀ ਇਹਦੀ ਗਰੀਬ ਪੇਕੇ ਹੈ, ਕੀ ਦੇ ਸਕਦੇ ਇਹਨੂੰ, ਕਿਹੜਾ ਲਿਜਾ ਸਕਦੇ, ਮੇਰੇ ਜੋਗਰੀ ਤਾਂ ਹੀ ਤਾਂ ਤਪਾਉਂਦੀ ਹੈ ਜਾਣ ਜਾਣ ਕੇ, ਪਹਿਲਾਂ ਤਾਈ ਨਾਲ ਬਥੇਰੀਆਂ ਕਰੀਆਂ ਇਹਨੇ, ਹੁਣ ਮੇਰੇ ਨਾਲ ਕਰਨ ਲੱਗ ਗਈ, ਆ ਲੈ ਜਾਂਦੀ ਹਾਂ ਚੱਕ ਕੇ ਮੈਂ ਤਾਂ, ਫਿਰ ਐਂ ਨਾ ਕਹਦੇ ਰੇਤੇ ਦੇ ਭਰੇ ਚੱਕ ਲਈ, ਹੁਣ ਮੈਂ ਕਿੱਥੋਂ ਚੱਕਾਂ ਹੋਰ ਲੈ, ਹੁਣ ਆਹ ਤਾਂ ਗੋਹਾ ਪਏ ਗਿੱਲਾ ਜਿਹੜਾ ਸਿੱਟ ਕੇ ਗਈਆਂ, ਆਹੀ ਗੋਹੇ ਨੂੰ ਲੈ ਜਾਂਦੀ ਹਾਂ ਪਾ ਕੇ ਚਾਰ, ਆਪੇ ਇੱਕ ਦੋ ਪਾਥੀਆਂ ਪਾ ਦੂਗੀ, ਪ੍ਰਧਾਨ ਬਣਦੀ ਹੈ ਮੈਨੂੰ ਕਿਹੜਾ ਧਰਨ ਦਿੰਦੀ ਹੈ, ਦਾਲ ਆਪ ਧਰੂਗੀ, ਆਖੂ ਮੈਂ ਆਪ ਧਰੂੰਗੀ, ਤੈਨੂੰ ਤਾਂ ਪਤਾ ਹੀ ਨੀ ਕਾਸੇ ਦਾ,
ਪਤਾ ਹੀ ਮੈਨੂੰ ਲੁਕੋ ਦੂਗੀ ਫਿਰ ਚੱਕ ਕੇ ਪਰੇ ਬਣਾ ਕੇ। ਬਾਹਰ ਜਾ ਕੇ ਆਉਂਦੇ ਹਾਂ ਹੁਣ, ਗੇੜਾ ਦੇ ਕੇ ਆਉਂਦੇ ਹਾਂ ਬਾਹਰ, ਤੜਕੇ ਦੇ ਕਮਰੇ ਚ ਬੜੇ, ਅੰਦਰ ਧੁੱਪ ਵੀ ਬਾਹਲੀ ਹੈ, ਹੈਨਾ। ਉਹ ਹਰਪ੍ਰੀਤ ਕੀ ਕਰਦੀ ਆ ਤੇ ਧੁੱਪੇ? ਲੈ ਇਹਦੀ ਸੱਸ ਦੇ ਕੰਮ ਨੇ ਇਹ, ਪਤਾ ਨੀ ਕੀ ਕਰਨ ਪਿਆ ਜੀ ਇੰਨੀ ਗਰਮੀ ਚ ਬਾਹਰ। ਬਾਗਰੂ ਬਾਗਰੂ ਇਹਨੂੰ ਜਮਾ ਤਰਸ ਨੀ ਭੋਰਾ ਵੀ। ਇਹ ਹਰਪ੍ਰੀਤ ਕੀ ਕਰੀ ਜਾਂਦੀ ਧੁੱਪੇ? ਕੁਛ ਨੀ ਕਰਦੀ ਤਾਈ, ਗੋਹੇ ਚੱਕਣ ਆਈਆਂ ਰੂੜੀ ਤੋਂ। ਲੈ ਇਹ ਗੋਹਾ ਮੇਰਾ ਕੀ ਖੜਾ ਸਾਡਾ? ਖੜਾ ਤਾਂ ਤੈਨੂੰ ਪਤੀ ਹੈ ਤਾਈ, ਕਮਰਾ ਭਰਿਆ ਪਿਆ ਪਾਥੀਆਂ ਦਾ, ਉਹ ਦੇਖ ਲਾ। ਹਾਂ ਸਟੋਰ ਭਰਿਆ ਪਿਆ ਪਾਥੀਆਂ ਪਤ ਪਤ ਕੇ, ਸਾਰਾ ਸਿਆਲ ਪਥੀਆਂ। ਕਹਿੰਦੀ ਉਹ ਤਾਂ ਸਿਆਲ ਚ ਕੰਮ ਆਉਣੀ ਆ, ਕਹਿੰਦੀ ਆਹ ਨਿੱਕੇ ਨਿੱਕੇ ਗੋਹੇ ਚੁੱਕ ਕੇ ਲਿਆ ਉਹਨਾਂ ਨੇ ਦਲ ਧਰੂੰਗੀ। ਦੇਖ ਲਾ ਭੈਣੇ ਇਹ ਤਾਂ ਬਾਹਲੀ ਆਈ ਆ, ਆਈ ਜਾ ਕੇ ਮੈਨੂੰ ਇਹਨੇ ਇੰਨਾ ਕਰਤਾ, ਤੂੰ ਮੂਹਰੇ ਬਿਠਾ ਬਿਠਾ, ਉਹ ਵੀ ਤੇਰੇ ਨਾਲ ਕਰਦੀ ਆ ਹੁਣ। ਕੀ ਕਰਾਂ ਤਾਈ, ਮੇਰਾ ਤਾਂ ਬਾਲਾ ਬੁਰਾ ਹਾਲ ਹੈ ਨਾ, ਮੈਂ ਇਹਦੇ ਪੇਕਿਆਂ ਨੂੰ ਦੱਸ ਸਕਦੀ ਹਾਂ, ਤੈਨੂੰ ਪਤਾ ਹੀ ਮੇਰੇ ਪੇਕਿਆਂ ਦੀ ਕੀ ਹਾਲਤ ਹੈ ਵਿਚਾਰਿਆਂ ਦੀ। ਤੇਰਾ ਵਿਆਹ ਕੇ ਮਸਾਂ ਤੋਰਿਆ ਤਾਈ, ਇਹਦੇ ਚ ਮੇਰਾ ਕੀ ਕਸੂਰ ਹੈ? ਆਏ ਦੇ ਲਾ ਹੁਣ, ਜੇ ਤੇ ਪੇਕੇ ਗਰੀਬ ਨਾ ਤਾਂ ਇਹਦੇ ਰਾਜ ਤਾਂ ਨੀ ਕਰਨਾ ਤੇਰੇ ਨਾਲ। ਹੋਰ ਤਾਈ ਜੀ ਤਾਂ ਕਰਦਾ ਕਦੇ ਕਦੇ ਵੀ ਵਗ ਜਾ, ਫਿਰ ਐ ਲੱਗਦਾ ਮਾਂ ਪਿਓ ਨੇ ਕੇਰਾ ਮਸਾਂ ਤੋਰਿਆ ਵੀ ਗੱਲ ਕਿੱਥੋਂ ਵਿਚਾਰੇ, ਫੇਰ ਉਹ ਫੇਰ ਕਹਿ ਦੇਣਗੇ ਵੀ ਸਾਡੇ ਸਿਰ ਤੇ ਬੋਝ ਫੇਰ ਹੋ ਗਿਆ। ਹੁਣ ਮਾਂ ਪਿਓ ਨੂੰ ਜੇ ਪਤਾ ਲੱਗ ਜਾਏ ਤਾਂ ਬਥੇਰੇ ਲੈ ਜਾਣ, ਮੈਂ ਇਹਨਾਂ ਨੂੰ ਦੱਸਦੀ ਨੀ। ਆਹ ਮਾਂ ਪਿਓ ਨੂੰ ਕਿੱਥੇ ਦੱਸੀਆਂ ਜਾਂਦੀਆਂ, ਪੁੱਤਾਂ ਕਹਿੰਦੇ ਹੁੰਦੇ ਆ ਜੇ ਕੇ ਵੀ ਆਹਦੇ ਮੱਥੇ ਦੀ ਤਕਦੀਰ ਆ। ਹਾਂ ਭੋਗਾਂਗੇ ਕੇ ਚਿੱਤ ਲਾ ਕੇ ਲਿਖੀਆਂ ਲੇਖਦੀਆਂ। ਹੋਰ ਚਿੱਤ ਲਾ ਕੇ ਭੋਗ ਲੈ ਹੁਣ, ਜੇ ਮੱਥੇ ਲਿਖੀਆਂ। ਪਹਿਲਾਂ ਮੈਂ ਨਾ ਦੁਪਹਿਰੇ ਚ ਮੈਨੂੰ ਦੇਖ ਲਾ 2 ਵਜੇ ਭੇਜਤਾ, ਕਹਿੰਦੀ ਜਾ ਐ ਕਰ ਨੀਰਾ ਪਾ ਕੇ। ਪਹਿਲਾਂ ਨੀਰਾ ਪਾਇਆ, ਫੇਰ ਕਹਿੰਦੀ ਉਹਨਾਂ ਥੱਲੇ ਸੰਭਰ, ਦੁਬਾਰੇ ਤੜਕੇ ਸੰਭਰਿਆ ਸੀ, ਦੁਬਾਰੇ ਫੇਰ ਐਡੀ ਕੁ ਬੌਂਕਰ ਉਹਦੇ ਨਾਲ, ਦੁਬਾਰੇ ਫੇਰ ਸੰਭਰਿਆ। ਫੇਰ ਮੈਂ ਆਖਿਆ ਚੱਲ ਮੈਨੂੰ ਨਾ ਇਹਦਾ ਤੇਲ ਲੱਗੀ ਪਈ ਸੀ ਤਾਈ, ਤੇ ਨਾਲੇ ਭੁੱਖ ਲੱਗੀ ਪਈ ਸੀ, ਮੈਂ ਰੋਟੀ ਖਾ ਮੈਨੇ ਪਾਣੀ ਪਿਆਵਾਂ, ਨਾ ਤਾਂ ਮੈਨੂੰ ਰੋਟੀ ਦਿੱਤੀ ਨਾ ਮੈਨੂੰ ਪਾਣੀ ਦਿੱਤਾ, ਅੰਦਰ ਹੀ ਨੀ ਵੜ। ਤੂੰ ਮੇਰੇ ਕੋਲੇ ਖਾ ਲਾ, 2 ਰੋਟੀਆਂ ਅਜੇ ਪਈਆਂ ਨੇ, ਪਾਣੀ ਪਿਆ ਮੇਰੇ ਕੋਲ, ਉੱਥੇ ਆ ਜਾ ਕਰ ਮੇਰੇ ਕੋਲੇ। ਹੈਗੀਆਂ ਤਾਈ ਤੇਰੇ ਕੋਲ? ਮੇਰੇ ਕੋਲੇ ਹੈਗੀਆਂ, ਆ ਜਾ। ਤਾਈ ਮੇਰੀ ਸੱਸ ਨੂੰ ਪਤਾ ਨਾ ਲੱਗ ਜੇ ਤਾਂ ਚੋਰੀਆਂ ਵਗ ਚੱਲ। ਮੇਰੀਆਂ ਤਾਂ ਅੰਦਰ ਬੜੀ ਬੈਠੀ ਐ ਏਸੀ ਵਾਲੇ ਕਮਰੇ ਚ, ਆ ਜਾ। ਤਾਈ ਮੈਂ ਬੱਠਲ ਚੱਕ ਲਿਆ, ਮੈਂ ਹੋਰ ਰੱਖਣ ਦੇ ਸਿੱਟੇ ਦੇ ਇੱਥੇ, ਆ ਜਾ ਸਿੱਟੇ ਚੁੱਲੇ ਮੂਹਰੇ। ਨਾ ਇਹ ਤਾਂ ਮੈਂ ਫੇਰ ਲੈ ਜੂੰ ਘਰੇ, ਪਹਿਲਾਂ ਮੈਂ ਤੇਰੇ ਕੋਲੇ ਰੋਟੀ ਖਾ ਜਾਨੀ ਆ। ਤਾਈ ਤੇਰੀ ਬਾਲੀ ਵੱਡੀ ਉਮਰ ਕਰੇ ਰੱਬ, ਤਾਈ ਤੈਨੂੰ ਤਾਂ ਪਤੀ ਐ ਜਿਵੇਂ ਤੇਰੇ ਨਾਲ ਕਰੀਆਂ ਪਹਿਲਾਂ ਉਵੇਂ ਮੇਰੇ ਨਾਲ ਕਰੀ। ਆਦਾ ਪਾਪਣ ਦਾ ਮੇਰੇ ਨਾਲ ਬਸੇ। ਲੈ ਤਾਈ ਮੈਂ ਉਰੇ ਰੱਖਦੀ ਆ ਬੱਠਲ ਤੇ, ਚੱਲ ਇੱਥੇ ਰੱਖ ਲੈ ਬੱਠਾ ਤੇ ਖਾ ਲੈ 2 ਰੋਟੀਆਂ, ਇੱਧਰ ਹੀ ਰੱਖ ਲੈ ਮੇਰੇ ਬੈਠ ਕੋਲੇ, ਮੇਰੇ ਇੱਥੇ ਤਾਂ ਸਾਹਮਣੇ ਦੇ ਪਤਾ ਨਾ ਲੱਗ ਜੀ ਹੁਣ, ਤਾਂ ਹੋਈ ਨਹੀਂ ਬੰਦਾ ਸਾਹਮਣੇ ਹੀ ਬੰਦਾ। ਚਲ ਆ ਇੱਥੇ ਹੀ ਆ ਰਹੀ ਗਈ, ਕਹਿੰਦੇ ਤਾਈ ਕੋਲ ਖੜ ਗਈ ਸੀ ਬਿੰਦਾ। ਤਾਈ ਐ ਕਿੱਥੇ ਖੜਨ ਦਿੰਦੀ ਆ ਮੈਨੂੰ ਬਿੰਦ, ਆਪਾਂ ਤਾਂ ਚੋਰੀ ਵਿਚੋਰੀ ਰੱਖਣੀ ਪਊਗੀ। ਮੈਂ ਤਾਂ ਕਹਿੰਦਾ ਮੇਰੇ ਤਾਂ ਮਗਰ ਕੁੱਤਾ ਪੈ ਗਿਆ ਸੀ, ਮੈਂ ਤਾਂ ਵੜ ਗਈ ਤਾਈ। ਇੱਧਰ ਤਾਈ ਕਰਨੀ ਭੱਜ ਕੇ ਆ ਜਾ, ਤਾਈ ਛਡਾਇਆ ਕਹਿੰਦੇ। ਆ ਜਾ ਤਾਈ, ਆਹੋ ਪਾਣੀ ਪੀ ਲੈਣ, ਰੋਟੀ ਖਾ ਲਾ। ਕਿਹੜੇ ਵੇਲੇ ਹੋ ਗਏ, ਗੋਹੇ ਲੈਣ ਗਈ ਆ, ਮੁੜ ਕੇ ਨੀ ਆਈ, ਪਤਾ ਨੀ ਐਡੀ ਕਿੱਡੀ ਕੁ ਮਾਸਟਰ ਨੀ ਲੱਗੀ ਆ, ਹੋਰ ਆਹਾਂ ਚ ਖੜਦੀ ਫਿਰਦੀ ਰਹਿੰਦੀ ਆ, ਘਰੇ ਕੰਮ ਦੀ ਗੌਰ ਨੀ ਕਰਦੀ। ਬਿੰਦ ਕੁ ਮਗਰ ਰੋਟੀਆਂ ਦੇ ਦੇ, ਪਾਣੀ ਦੇ ਦੇ, ਆਖ ਕਰੂਗੀ, ਪਤਾ ਨੀ ਕਿੱਥੇ ਖੜ ਗਈ ਹੁਣ ਮੈਂ ਵੇਖਦੀ ਆ। ਤਾਈ ਤੇਰਾ ਬਾਹਲਾ ਧੰਨਵਾਦ, ਲੜੀਆਂ ਪਾਣੀ ਰੋਟੀਆਂ ਖਾ ਲਈਆਂ ਮੈਂ, ਢਿੱਡ ਭਰ ਗਿਆ ਮੇਰਾ ਤਾਈ। ਹਾਂ ਮੈਂ ਪਾਣੀ ਪੀ ਪਾਣੀ ਪੀ ਲੈਂਦੀ ਤੇ ਆਈ ਮਰੀ ਜਾਂਦੀ ਹੈਗੀ। ਦਾ ਚੰਦਰੀਏ ਤੂੰ ਜਵਾਕੜੀ ਨਾਲ ਇਹਦੇ ਨਾਲ ਕਿਉਂ ਇੰਨਾ ਧੋਖਾ ਕਰਦੀ ਐ? ਲੈ ਤਾਈ ਲੈ ਪੁੱਤ, ਕੋਈ ਤੇਰੀ ਰੱਬ ਲੰਮੀ ਉਮਰ ਕਰੇ, ਤੂੰ ਤਾਂ ਨਾ ਮੈਨੂੰ ਮੇਰੀ ਮਾਂ ਵਰਗੀ ਲੱਗਦੀ ਐ। ਕੋਈ ਨੀ ਪੁੱਤ, ਬਸ ਤੂੰ ਪੰਚਾ ਨੀ ਮੇਰੇ ਕੋਲੇ ਪੀ ਜਾ ਕਰ, ਮੇਰੀ ਮਾਂ ਮੇਰਾ ਨਾ ਤੇਰੇ ਜਿੰਨਾ ਕਰਦੀ ਸੀ, ਮੇਰੀ ਮਾਂ ਵੀ ਐਂ ਕਰਦੀ ਸੀ ਮੇਰਾ। ਜੇ ਮੈਂ ਨਾਮ ਹੀ ਹੋਵਾਂ ਨਾ ਆਪੇ ਆ ਕੇ ਪਾ ਕੇ ਪੀ ਜਾ ਕਰ, ਪਾਣੀ ਤਾਂ ਨੀ ਰੋਟੀ ਕੱਢ ਕੇ ਖਾ ਜਾ ਕਰ।
ਚੰਗਾ ਤਾਂ ਹੁਣ ਤਾਂ ਮੇਰੇ ਕੋਲੇ ਆ ਜਾਇਆ ਕਰੂ, ਉਰੇ ਖਾ ਜਾਇਆ ਕਰੂ, ਜਿੰਦਾ ਤਾਂ ਨੀ ਲੱਗ ਜਾਂਦਾ, ਆਉਂਦੀ ਨੀ ਹੈਗੀ ਜਿੰਦਾ, ਬਸ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਮੇਰੇ ਕੋਲ ਲੈ ਜਾ ਕੇ ਇੱਥੇ ਚੱਕ ਕੇ ਚੱਕੇ ਤਾਈ ਮੈਨੂੰ ਘਰੇ ਤਾਂ ਕਿੱਥੇ ਲਿਜਾਣ ਦਿੰਦੀ, ਖਾਣ ਨੂੰ ਵਧੀਆ ਵਧੀਆ ਚੀਜ਼ਾਂ ਲਿਆ ਕੇ ਰੱਖਿਆ ਕਰੂ। ਹੋਰ ਤਾਈ ਤੇਰੀ ਤਾਂ ਪੈਨਸ਼ਨ ਵੀ ਆਉਂਦੀ, ਤੇਰੇ ਕੋਲ ਤਾਂ 2 ਰੁਪਏ ਹੈਗੇ ਵੀ ਹੈ, ਮੇਰੇ ਕੋਲ ਤਾਂ ਦੇਖ ਲਾ ਕੋਈ 5 ਰੁਪਏ ਨੀ ਛੱਡਦੇ, ਜੇ ਮੇਰੇ ਪੇਕੇ ਮੈਨੂੰ ਕੁਛ ਦੇ ਵੀ ਦੇਣ ਉਹਦੀ ਖੋਲਾ ਨੀ ਮੇਰੀ ਬੇਬੇ। ਹੁਣ ਕਹਿੰਦੇ ਇੱਥੇ ਮੈਂ ਵਧੀਆ ਸਮਾਨ ਕੇਲੇ ਕੂਲੇ ਲਿਆ ਕੇ ਰੱਖਿਆ ਤੂੰ ਤੇਰੇ ਵਾਸਤੇ। ਅੱਛਾ ਆਹੋ ਖਾ ਜਾ ਕਰ ਆਪੇ ਕੱਢ ਕੇ ਫ੍ਰਿਜ। ਚੰਗਾ ਤਾਈ, ਤਾਈ ਹੁਣ ਪਤਾ ਨਾ ਲੱਗ ਜੇ ਉਹਨੂੰ ਵੀ ਤਾਈ ਕੋਲੇ ਜਾ ਬਾਗ ਜਾ ਤੂੰ। ਹਾਂ ਹੁਣ ਮੈਨੂੰ ਪਤਾ ਹੈ ਚੋਰ ਨੂੰ ਖਾ ਜਾ ਕਰ ਮੇਰੇ। ਚੰਗਾ ਤਾਈ, ਚੰਗਾ ਤਾਈ, ਮੈਂ ਜਾਣੀ ਆ ਗੋਹੇ ਲੈ ਕੇ, ਬੀਕਦੀ ਹੂੰ ਮੈਨੂੰ। ਬਾਗ ਜਾ ਬਾਗ ਜਾ। ਚੰਗਾ ਤਾਈ ਮਾਰ ਲਈ ਕਿਹੜਾ ਆ ਜੀ, ਕੋਈ ਨੀ ਆ ਜਾ ਪੁੱਤ ਮੈਂ। ਐਂ ਤਾਂ ਆ ਜਾ ਕਰ, ਡਰਿਆ ਨਾ ਕਰ ਉਹ ਤੋਂ ਤੂੰ। ਆ ਮੈਂ ਨਹੀਂ ਡਰਦੀ ਹੁਣ, ਮੇਰਾ ਤਾਂ ਉਹ ਕੀ ਕਰ ਦੂਗੀ। ਚੰਗਾ ਤਾਈ ਜਾਣੀ ਆ ਫਿਰ। ਚੰਗਾ ਬਾਗ ਜਾ। ਲੈ ਵਿਚਾਰੀ ਗਰਮੀ ਚ ਮਰਦੀ ਫਿਰਦੀ ਹੈਗੀ, ਪੂਰਾ ਤਰਸ ਨੀ ਕਰਦੀ ਹੈਗੀ, ਇਹਦੇ ਨੂੰਹ ਆ ਪੁੱਤ ਤਾਂ ਨੀ ਕਰਦੀ। ਹੁਣ ਮੇਰੇ ਨੂੰਹ ਪੁੱਤ ਮੇਰੇ ਹੈ ਹੀ ਨੀ, ਪੁੱਤ ਨੂੰਹ ਨੀ, ਮੈਨੂੰ ਤਰਸ ਆਉਂਦਾ। ਮੇਰੇ ਹੋਵੇ ਮੈਂ ਤਾਂ ਮੰਜੇ ਤੇ ਬਿਠਾ ਕੇ ਰੱਖਾਂ ਆਪਦੀ ਨੂੰਹ। ਬੇਬੇ ਤਾਂ ਐਂ ਖੜੀ ਹੈ ਦੇਖੀ ਜਿਵੇਂ ਕੋਈ ਟੱਕਰ ਮਾਰਨੀ ਹੁੰਦੀ ਹੈ ਵਿੱਚ। ਚੱਲ ਗੋਹੇ ਫੜਾ ਦਿੰਦੀ ਹਾਂ। ਬੇਬੇ ਆ ਗਈ 2 ਘੰਟਿਆਂ ਤੋਂ ਲੈ ਕੇ ਗੋਹੇ, ਲੈ ਗੋਹੇ ਇੰਨੇ ਕਿਤੇ ਆਏ ਹੋਏ ਵੀ ਲੈ ਫੜ ਗੋਹਾ ਮੇਰਾ ਸਿਰ ਤੇ ਦਰਦ ਉੱਤੇ ਪਾ ਦੇ ਅੱਗ ਦਾ ਕਰਛਾ। ਬੇਬੇ ਖਤਮ ਬੋਲਦੀ ਹੈ, ਆਪ ਹੀ ਤਾਂ ਦਰਗਾ ਹੈ ਗੋਹੇ ਲਾਈ ਤਾਂ ਹੁਣ ਹਾਰੇ ਚ ਪਾਇਆ ਤੇ ਮੈਂ ਦਾਲ ਧਰੇ ਜਾ ਕੇ। ਬੇਬੇ ਅੱਗੇ ਤੇ ਤੂੰ ਦਾਲ ਕਿਤੇ ਧਰ ਨਹੀਂ ਦਿੱਤੀ ਮੈਨੂੰ, ਆਪ ਧਰਦੀ ਹੁਣ। ਤੂੰ ਹੀ ਧਰ ਲਵਾਂ ਫਿਰ ਖਾਈ ਤੋ, ਰੋਟੀਆਂ ਰੁੱਟੀਆਂ ਨੂੰ ਕੁਛ ਨਹੀਂ ਲੱਗਾ ਤੈਨੂੰ। ਕੋਈ ਨਹੀਂ ਮੈਂ ਤੇ ਧਰਿਆ ਨਹੀਂ ਆ, ਮੈਂ ਧਰਿਆ ਬਰਦਾਨ ਨੂੰ ਅੱਧੀ ਰਾਤ ਕਰਾਤੀ ਤੂੰ, ਉੱਥੇ ਬਹਿ ਜਾਂਦੇ ਪਤਾ ਨਹੀਂ ਕਿਹਦੇ ਕੋਲ ਗੱਲਾਂ ਕਰਦੀ ਹੈ, ਨਾ ਦਾਲ ਦਾ ਨਾ ਪਾਣੀ ਦਾ ਨਾ ਹੋਰ ਕਾਸੇ ਦਾ ਕੰਮ ਦਾ, ਭਾਂਡੇ ਉਹ ਪਿਆ ਮੰਜ ਨਾਲੇ ਜਾ ਬਾਹਰ ਜਾ ਧਰਿਆ। ਤਾਈ ਵਿਚਾਰੀ ਸਾਰਾ ਦਿਨ ਇੱਥੇ ਹੀ ਬੈਠੀ ਰਹਿੰਦੀ ਹੈਗੀ, ਤਾਈ ਨੂੰ ਕਿਹੜਾ ਕੰਮ ਹੈ ਕੋਈ, ਮਾਲ ਨੀ ਪਸ਼ੂ ਨੀ ਕੋਈ, ਉਹ ਤਾਖੜੀ ਹੈ ਤਾਈ। ਹਾਂ ਠੀਕ ਹੈ ਭਾਈ, ਗੁਰਨਾਲ ਕਿੱਧਰ ਆਇਆ ਤੂੰ? ਉਹ ਮੈਂ ਜਿਹੜਾ ਖੇਤੋਂ ਆਇਆ ਸੀ ਗਿੜਾ ਜਿਹਾ ਮਾਰ ਕੇ, ਮੈਂ ਤੂੰ ਸਾਰਾ ਦਿਨ ਇੱਥੇ ਹੀ ਬੈਠੀ ਰਹਿੰਦੀ ਹੈ, ਗਰਮੀ ਚ ਮੇਰੀ ਬੇਬੇ ਕੋਲੇ ਵਗ ਜਾ ਕਰਾ। ਇੱਥੇ ਸਾਬ ਮੂੰਹ ਮੱਥੇ ਲਾ ਲੈ ਭਾਈ, ਤੇਰੇ ਬੇਬੇ ਤੋਂ ਤਾਂ ਮਸਾਂ ਖੜਾ ਛਡਾਇਆ ਮੈਂ ਤਾਂ। ਖੜਾ ਛਡਾਉਣ ਨੂੰ ਤਾਂ ਮੇਰੀ ਬੇਬੇ ਤੈਨੂੰ ਕੀ ਕਹਿੰਦੀ ਸੀ ਤਾਈ, ਤੂੰ ਹੀ ਨੂੰ ਲਾ ਕੇ ਖਾਂਦੀ ਨੀ ਕਿਸੇ ਨਾਲ। ਆਹੋ ਮੈਂ ਤਾਂ ਆਪੇ ਲਾ ਕੇ ਖਾਂਦੀ, ਪਹਿਲਾਂ ਮੈਂ ਉਹਦੇ ਮੂਹਰੇ ਕੱਟਾ ਢੋਈ ਗਈ, ਹੁਣ ਹਰਪ੍ਰੀਤ ਹੈ ਕੱਟਾ ਢੋਣਾ, ਸਿਖਰ ਦੁਪਹਿਰੇ ਗੋਹੇ ਪਾ ਲਿਆ ਰੂੜੀ ਤੋਂ, ਆ ਗੋਹਾ ਸਿੱਟਿਆ, ਉਹਨਾਂ ਨੂੰ ਬਹੁਣ ਤੋਰੀ ਫਿਰਦੀ, ਨਾ ਰੋਟੀ ਦਿੰਦੀ ਨਾ ਪਾਣੀ ਦਿੰਦੀ ਆ। ਉਹ ਤਾਈ ਤੂੰ ਐਵੇਂ ਗੱਲਾਂ ਕਰੀ ਜਾਂਦੀ ਹੈ, ਉਹ ਪੜ੍ਹੀ ਨੀ ਲਿਖੀ ਨੀ, ਉਹ ਕੋਈ ਮਾਸਟਰ ਨੀ ਲੱਗੀ ਹੈ, ਗੋਹੀ ਚੱਕਣੇ ਉਹਨੇ ਗੋਹੇ ਚੱਕੀ ਜਾਂਦੀ ਹੈਗੀ ਉਹ। ਜਿਵੇਂ ਨਹੀਂ ਪੜ੍ਹੀ ਲਿਖੀ ਆ ਭੁੱਖੀ ਦਾ ਨੀ ਮਾਰਨੀ, ਲੈ ਭੁੱਖੀ ਤਾਂ ਕਿਹੜੀ ਰਹਿੰਦੀ ਹੈ, ਉਹ ਭੁੱਖੀ ਕਿੱਥੇ ਰਹਿੰਦੀ ਹੈ, ਭੁੱਖੀ ਤਾਂ ਸਾਨੂੰ ਤਾਂ ਬੇਸ਼ੱਕ ਰੱਖਦੇ ਹੋ। ਲੈ ਉਹ ਤਾਂ ਅੰਦਰ ਨੀ ਵੜ ਦਿੰਦੀ, ਤੇਰੀ ਮਾਂ ਬਾਹਰ ਡਾ ਦਿੰਦੀ ਹੈ। ਮੇਰੀ ਮਾਂ ਉਹਨੂੰ ਬਾਹਰ ਡਾ ਦਿੰਦੀ ਹੈ? ਹਾਂ ਰੋਟੀ ਨੀ ਚੱਕਣ ਦਿੰਦੀ, ਜਿੰਦਾ ਲਾ ਦਿੰਦੀ, ਫ੍ਰਿਜ ਨੂੰ ਦਿੰਦੀ। ਤਾਈ ਚੱਜ ਦੀਆਂ ਗੱਲਾਂ ਕਰ ਲਿਆ ਕਰ, ਕਿਉਂ ਸਾਰਾ ਦਿਨ ਮਾੜੀਆਂ ਗੱਲਾਂ ਕਰਦੀ ਹੁੰਨੀ ਹੈ, ਜੇ ਤੂੰ ਕੱਟਣ ਵਾਲੀ ਹੁੰਦੀ ਮੇਰੀ ਮਾਂ ਨਾਲ ਤੂੰ ਇਹ ਕੱਟੀ ਜਾਂਦੀ, ਹੁਣ ਤੂੰ ਹਮੇਤਾਂ ਕਰਾਉਣੀ ਹੈ। ਦੇਖ ਲੈ ਤੇ ਮੈਂ ਮੇਰੀ ਤਾਂ ਕੌਣ ਸੁਣੇ, ਤੂੰ ਆਦੇ ਘਰ ਵਾਲੀ ਜੀ ਨੀ ਸੁਣਦਾ, ਹੋਰ ਉਹਦੀ ਕੌਣ ਸੁਣੂਗਾ ਜੇ ਤੂੰ ਨੀ ਸੁਣਦਾ। ਉਹ ਸੁਣਨ ਨੂੰ ਉਹਨੂੰ ਹੋਈ ਕੁਛ ਨੀਗਾ, ਮਾਂ ਮਾਂ ਦਾ ਲੱਗਿਆ ਫਿਰਦਾ ਰਹਿੰਦਾ ਸਾਰਾ ਦਿਨ, ਤਾਂ ਤਾਂ ਉਮਰ ਕੱਢਣੀ ਹੈ ਉਹਦੇ ਨਾਲ ਵਿਚਾਰੀ ਨਾਲ, ਉਹਨੂੰ ਕੋਈ ਰੋਟੀ ਟੁੱਕ ਦਾ ਪੁੱਛ ਲਿਆ ਕਰੋ। ਤਾਈ ਤੂੰ ਰਹਿਣ ਦੇ ਟਿਕ ਜਾਏ, ਤੂੰ ਬਥੇਰਾ ਘੱਟਾ ਢੋਇਆ ਮੇਰੀ ਮਾਂ ਨੇ, ਹੁਣ ਤਾਂ ਉਹਨੂੰ ਸੁੱਖ ਲੈ ਲੈਣ ਦੇ ਵਿਚਾਰੀ ਨੂੰ ਮਾੜਾ ਮੋਟਾ। ਘੱਟਾ ਢੋਣ ਉਹਨੇ ਕਿ ਹੁਣ ਮੋਟੀ ਹੋਣਾ, ਹਲ ਜੋੜਨ ਦਾ ਕੰਮ ਹੀ ਕਰਨਾ। ਅੱਛਾ ਹੁਣ ਲੈ ਹਲ ਜੁੜ ਜਿਓ, ਤੂੰ ਕਿੰਨੇ ਕੰਮ ਕਰਦੀ ਐ? ਮੈਂ ਤਾਂ ਜਵਾਕ ਨੀ ਜੱਲਾ ਨੀ ਤਾਂ ਕੱਲੀ ਐ, ਜਾਂਦੀ ਜਾਣਾ ਬੈਠੀ ਐ, ਜਾਂਦੀ ਜਾਣ ਬੈਠੀ ਐ, ਫਿਰ ਉਹਨੂੰ ਵੀ ਸੁੱਖ ਲੈ ਲੈਣ ਦੇ ਮਾੜਾ ਮੋਟਾ। ਸੁੱਖ ਲਾ ਰਹਿਣ ਦੇ, ਸੁੱਖ ਤਾਂ ਲੈ ਲੈ, ਭੁੱਖੀ ਦੇ ਹੀ ਤਾਂ ਨਾਮ ਆ ਰਹੇ ਉਹ। ਕੋਈ ਭੁੱਖੀ ਕਹਿ ਦਿੰਦੀ ਉਹ, ਕੋਈ ਤੂੰ ਉਹਦੀਆਂ ਗੱਲਾਂ ਕਦੋਂ ਸੁਣ ਲੀਆਂ, ਮੈਂ ਕਰੂੰ ਉਹਦੇ ਨਾਲ ਗੱਲ ਜਾ ਕੇ? ਇੱਥੇ ਵਿਚਾਰੀ ਪਾਣੀ ਪਾਣੀ ਕਰੀ ਜਾਂਦੀ ਸੀਗੀ, ਨਿੰਮ ਥੱਲੇ ਬੈਠੀ, ਮੈਂ ਤਾਂ ਫੇਰ ਬੋਲ ਮਾਰਿਆ, ਮੈਂ ਕਿਹਾ ਭਾਈ ਉਹ ਤਾਂ ਢੰਗ ਵਾਲੇ ਕਰਦੀ ਹੈ ਤਾਈ, ਉਹਦੀਆਂ ਤੂੰ ਗੱਲਾਂ ਸੁਣਿਆ ਕਰ ਐਵੇਂ।
ਰਾਮ ਰਾਮ ਕਰੀ ਜਾਇਆ ਕਰ ਬੈਠੀ ਇੱਥੇ ਤੂੰ। ਲੈ ਸੁਣ ਮੈਰਿਜ ਕੀ ਉਹ ਬੈਰਨ ਹੈ ਵਿਚਾਰੀ, ਮੈਂ ਤਾਂ ਪਾਣੀ ਦੀ ਘੁੱਟ ਫੜਾ। ਚੰਗਾ ਫਿਰ ਆ ਜਾ ਇੱਥੇ ਏਸੀ ਵਾਲੇ ਕਮਰੇ ਚ ਬਹਿ ਜੀ, ਮੇਰੀ ਮਾਂ ਕੋਲੇ 2 ਮਿੰਟ ਗੱਲਾਂ ਕਰ ਲਈ। ਨਾ ਤੁਸੀਂ ਬਹਿ ਜਾ ਦੋਨੇ ਜੀ, ਸਾਨੂੰ ਬਿਠਾ ਲਓ ਤੇਰੀ ਮਾਂ। ਚੰਗਾ ਤਾਈ, ਤੈਨੂੰ ਤਾਂ ਚੰਗਾ ਕਿਹਾ ਵੀ ਤੈਨੂੰ ਤਾਂ ਮਾੜਾ ਲੱਗਦਾ ਹੈਗਾ, ਉਹਨੂੰ ਤਾਂ ਬੁਲਾਈ ਚ ਹੀ ਘੱਟ ਹੈਗਾ, ਲੜਾਈ ਦਾ ਗੱਡਾ ਇਹ। ਜੇ ਲੜਾਈਆਂ ਕਰਦੀ ਤਾਂ ਹੀ ਮੇਰੀ ਮਾਂ ਨੇ ਅੱਡ ਕਰੀ ਇਹ, ਜੇ ਨਾ ਇਹ ਚੰਗੀ ਹੁੰਦੀ ਤੇ ਮੇਰੀ ਮਾਂ ਇਹਨੂੰ ਨਾਲੀਆਂ ਰੱਖ ਲੈਂਦੀ। ਇਹਦਾ ਕੋਈ ਭਾਰ ਸੀਗਾ, ਕੋਈ ਜਵਾਕ ਨਹੀਂ, ਚੱਲਾ ਨਹੀਂ ਸੀਗਾ। ਘੁੱਗੂ ਸਾਰਾ ਦਿਨ ਕੰਮਾਂ ਦਾ ਲੱਦਿਆ ਫਿਰਦਾ ਰਹਿੰਦਾ, ਆਪਦੇ ਟੱਬਰ ਦਾ ਧਿਆਨ ਨਹੀਂ ਦਿੰਦਾ। ਮਾਂ ਦੀਆਂ ਜਿਵੇਂ ਸੁਣ ਲੈਂਦਾ ਉਹ ਵੀ ਮਾਂ ਚੰਗੀ ਹੈ, ਮਾਂ ਚੰਗੀ ਹੈ, ਮਾਂ ਚੰਗੀ ਹੈ, ਇਹਨੂੰ ਤਾਂ ਟੱਬਰ ਦੀ ਕੋਈ ਨੀ। ਪਤਾ ਨੀ ਕਿਵੇਂ ਕਿਸੇ ਨੇ ਰਿਸ਼ਤਾ ਕਰਤਾ, ਕੌਣ ਸਾਨੂੰ ਰਿਸ਼ਤਾ ਕਰਦਾ ਤੇਰੀ ਮਾਂ ਨੂੰ ਦੇਖ ਕੇ। ਗੁਰਲਾਲ ਪਤਾ ਨੀ ਕਿਹਦੇ ਨਾਲ ਬੋਲਦਾ ਹੁੰਦਾ, ਗੁਰਲਾਲ ਕੀ ਹੋ ਗਿਆ? ਬੇਬੇ ਤੈਨੂੰ ਮੈਂ ਕੀ ਦੱਸਾਂ, ਆ ਜਿਹੜੀ ਬੈਠੀ ਆਪਣੇ ਬਾਰ ਕੇ ਮੇਰੀ ਤਾਈ, ਐ ਕਾਲੀਆਂ ਲਾ ਲੈਂਦੀ ਐਨਕਾਂ, ਰਿਕ ਬੰਨੀ ਟਾਕੜਾ ਭਾਈ, ਅਗਲੇ ਨੂੰ ਐ ਖਬਰ ਮੇਰਾ ਹਾਲ ਚਾਲ ਪੁੱਛ। ਮਗਰ ਉਸੇ ਦੀਆਂ ਚੁਗਲੀਆਂ ਕਰਦੀ ਐ, ਮਗਰ ਉਹਦਾ ਗਾਲਾਂ ਕੱਢਦੀ ਅਗਲੇ ਨੂੰ। ਆਹੋ ਜੀ, ਆਹ ਪਹਿਲੇ ਦਿਨੋਂ ਹੀ ਉਹ, ਮੈਂ ਤਾਂ ਹੁਣ ਐ ਕਹਿੰਦਾ ਸੀ ਬੇਬੇ ਤੈਨੂੰ, ਉਹ ਆਪਣੇ ਵਾਲੀ ਹਰਪ੍ਰੀਤ ਨਾ ਉਹਦੀਆਂ ਗੱਲਾਂ ਸੁਣਦੀ ਐ। ਆਹੋ ਕਹਿੰਦੀ ਸੀ ਭਾਈ ਤੇਰੇ ਘਰਾਂ ਨੂੰ ਤੁਸੀਂ ਬਾਹਲਾ ਕੰਮ ਕਰੋ, ਤੇਰੀ ਮਾਂ ਦਾ ਵਿਹਲੀ ਰਹਿੰਦੀ ਐ, ਇੱਥੇ ਵਿਚਾਰੀ ਹਾਏ ਹਾਏ ਕਰੀ ਜਾ, ਮੈਂ ਪਾਣੀ ਪਿਆ। ਮੈਂ ਤੂੰ ਪਾਣੀ ਪੀਣ ਨੂੰ ਕਾਹਦੀ ਥੱਕੀ ਐ ਕਾਹਦੀ, ਮੈਂ ਉਹ ਤਾਂ ਹੀ 2.5 ਘੰਟੇ ਹੋ ਗਏ ਸੀ ਗੋਹੇ ਲੈਣ ਗਈ ਨੂੰ, ਉੱਥੇ ਖੜੀ ਹੋ ਗਿਆ ਉਹਦੇ ਕੋਲ, ਉਸੇ ਦੀਆਂ ਉੱਥੇ ਚੁਗਲੀਆਂ ਕਰਦੀਆਂ ਆਪਣੀਆਂ, ਚੁਗਲੀਆਂ ਕਰਦੀਆਂ। ਬੇਬੇ ਮੇਰੀ ਗੱਲ ਸੁਣ ਲੈ, ਤੂੰ ਤਾਂ ਭੋਲੀ ਭਾਲੀ ਐ, ਪਹਿਲਾਂ ਤਾਂ ਆਪਣੇ ਨਾਲ ਆਪ ਅੱਡ ਹੋ ਕੇ ਬਹਿਗੀ, ਜਿਹੜਾ ਕੱਟਿਆ ਨੇ ਨਾ ਕਿੱਥੇ ਕੱਟਦੀ ਐ ਇਹ, ਹੁਣ ਇਹ ਨਾ ਉਂਗਲਾਂ ਲਾਉਂਦੀ ਐ ਹਰਪ੍ਰੀਤ ਦੇ, ਲਾਉਂਦੀ ਐ ਆਪਾਂ ਨੂੰ ਅੱਡ ਕਰਨਾ ਚਾਹੁੰਦੀ ਐ ਇਹ। ਅੱਛਾ, ਆਹੋ ਅਸਲ ਕਰ ਪਹੁੰਚ ਗਈ, ਉਹਦਾ ਤਾਂ ਕੰਮ ਹੀ ਨਹੀਂ ਹੋਰ ਕੋਈ, ਇਹਦੇ ਕੋਲ ਮਾਲ ਇਹਦੇ ਕੋਲੇ ਨਹੀਂ, ਪਸ਼ੂ ਇਹਦੇ ਕੋਲੇ ਨਹੀਂ, ਵਿਹਲੀ ਐ। ਦੇਖ ਲੈ ਕੋਈ ਧੀ ਨਹੀਂ ਪੁੱਤ ਨਹੀਂ, ਚੁਗਲੇ ਨਹੀਂ ਦਿਆ ਫਿਰ ਕਿੰਨੀ ਕਰਦੀ ਐ, ਉਹ ਰੱਬ ਦੇ ਘਰੇ ਤੱਕ ਕਦੇ ਇਹ ਆਉਂਦੀ ਨਹੀਂ ਹੈਗੀ, ਕੋਈ ਰੱਬ ਦਾ ਨਾਂ ਨਹੀਂ ਲੈਂਦੀ ਕਿਸੇ ਵੇਲੇ, ਰੱਬ ਨੇ ਉੱਥੇ ਰੱਖੀ ਐ ਫਿਰ। ਆ ਦੇਖ ਲੈ ਫਿਰ, ਹਾਂ ਉੱਥੇ ਰੱਖੀ ਰੱਬ, ਹਾਂ ਜੇ ਕਿਸੇ ਦੇ ਲੋਕਾਂ ਦੇ ਘਰ ਪੱਟਦੀ ਸੀ ਤਾਂ ਉਹ ਦੇਖ ਲੈ ਕੱਲੀ ਨੂੰ ਲੋਟ। ਉਹ ਮੇਰੀ ਗੱਲ ਸੁਣ ਲੈ, ਇਹਦੇ ਨਾਲ ਆਪਾਂ ਬੋਲਦੇ ਸੋਹਣੇ ਨਹੀਂ ਲੱਗਦੇ। ਕਾਹਨੂੰ ਗੁਰਲਾਲ ਇਹ ਬਾਹਲਾ ਜਿਹੜਾ ਜਰਾਤੀ ਪਾਉਂਦੀ ਆ ਇਹ। ਮੇਰੀ ਗੱਲ ਸੁਣ ਲੈ, ਲੋਕ ਤੈਨੂੰ ਪਤਾ ਕੀ ਕਹਿਣਗੇ, ਵੀ ਕੱਲੀ ਬੁੜੀ ਸੀ ਇਹਦੇ, ਧੀ ਨਹੀਂ ਪੁੱਤ ਨਹੀਂ, ਇਹ ਹਕਾਰੇ ਨੇ, ਹਕਾਰੇ ਇਹ ਬਾਰ ਕਰਦੇ ਲੋਕ, ਆਪਾਂ ਨੂੰ ਐ ਕਹਿਣਗੇ। ਲੋਕਾਂ ਨੂੰ ਪਤਾ ਹੀ ਆ ਵੀ ਚੁਗਲੀਆਂ ਦੀ ਪੰਡਾ ਇਹ, ਤਾਂ ਮੈਂ ਇੱਥੇ ਬੈਠੇ ਰਹਿੰਦੇ ਬਾਰ 'ਚ। ਲੋਕ ਤਾਂ ਦੋਨਾਂ ਪਾਸੇ ਹੁੰਦੇ ਨੇ ਬੇਬੇ, ਹੋਰਾਂ ਲੋਕਾਂ ਨੂੰ ਵੀ ਲੜਾਉਂਦੇ ਆ ਆਪਾਂ ਨੂੰ ਨਹੀਂ, ਹਾਂ ਆ ਕਰ ਉਧਰ ਚਾਚੇ ਕਾਨੂੰ ਵੀ ਲੜਾਉਂਦਾ, ਇਹਦਾ ਕੰਮ ਹੀ ਇਹ ਹੈ। ਹੁਣ ਮੇਰੇ ਉਂਗਲਾਂ ਲਾਉਂਦੀ ਸੀ ਆਪਦੇ ਜਣੇ ਵੀ ਆਪਦੀ ਮਾਂ ਨਾਲ ਲੜ ਪਏ ਕਦੇ ਜਾ ਕੇ, ਮਹਾ ਮੇਰੀ ਮਾਂ ਨੇ ਬਥੇਰਾ ਘੱਟਾ ਢੋਇਆ ਵਿਚਾਰੀਏ, ਜੇ ਹੁਣ ਕੀ ਗੱਲ ਹੈ ਸੁੱਖ ਲੈ ਲੂ। ਕਹੀ ਤੂੰ ਤਾਂ ਭਾਈ ਆਪਦੇ ਘਰ ਵਾਲੀ ਨੇ ਸਾਰੀ ਉਮਰ ਕੱਟਣੀ ਹੈ, ਤੂੰ ਤਾਂ ਨਾ ਉਹਦੀ ਮੇਲ ਕਰਾਇਆ ਕਰ। ਮਹਾ ਮੇਲ ਕਰਾਉਣ ਨੂੰ ਕੋਈ ਨੇੜੋਂ ਲੱਗਦੀ ਹੈ, ਪੜ੍ਹੀ ਨੀ ਲਿਖੀ ਨੀ, ਮਹਾ ਕੋਈ ਮਾਸਟਰ ਨੀ ਲੱਗੀ ਹੈ, ਗੋਹੀ ਚੱਕਰੇ ਗੋਹਾ ਕੂੜਾ ਕਰੀ ਜਾਂਦੀ ਹੈ। ਮੈਂ ਕਿਹਾ ਇਹ ਕਰ ਇਹਨੂੰ, ਮੈਂ ਕਰ ਮਾੜਾ ਜਾ ਨਾ ਤੂੰ, ਉਹਦੇ ਨਾਲ ਤਾਂ ਮੇਰੀ ਤਾਈ ਨੇ ਤਾਂ ਕੀ ਬੋਲਣਾ, ਇਸ ਨੂੰ ਆਪਣੇ ਇਹਨੂੰ ਖਿੱਚੀ ਮਾੜਾ ਜਾ, ਇਹਨੂੰ ਵੀ ਖਿੱਚੂ ਨਾਲੇ ਉਹਨੂੰ ਵੀ ਕਰੂ ਲੋਟ ਲੰਬੋ ਜੀ, ਹਰਦੀ ਨੀ ਬੈਠਾ ਕਰ, ਪਿੱਛੇ ਹਰਦੀ ਆ ਤਾਂ ਬੈਠਾ ਨਹੀਂ ਨਾ, ਭਰੀ ਪਈ ਆ ਬੈਠਾ ਦੀ ਜੜਾ, ਹਾਂ ਜੜਾ ਬੈਠਾ ਦੀ, ਉਹ ਜੜਾ ਤਾਂ ਉਹ ਇਧਰੋਂ ਕੱਢੀ ਸੀ, ਹੁਣ ਉੱਥੇ ਬੈਠੀ ਵੀ ਨਹੀਂ ਟਿਕਦੀ, ਉਧਰਲਾ ਬੈਠ ਕੇ ਤਾਂ ਬਾਹਰ ਖੋਲ ਲੈਂਦੀ ਆ। ਅੱਛਾ, ਆ ਕੇ ਇਹਨਾਂ ਬਸ ਬੈਠੀ ਰਹਿੰਦੀ ਉੱਥੇ ਵੀ ਕੋਈ ਆਊਗਾ, ਆਪਦਾ ਕਣਾ ਨੂੰ ਦੇਖੀ ਜਾਂਦੀ ਚੁਗਲੀਆਂ ਕਰੀ ਜਾਂਦੀ, ਹਾਂ ਚੁਗਲੀ ਪਹਿਲਾਂ ਤਾਂ ਅਗਲੇ ਨੂੰ ਬੁਲਾਉਗੇ ਮਗਰੋਂ ਗਾਲਾਂ ਕੱਢਦੀ ਆ, ਸਾਰੇ ਪਿੰਡ ਨੂੰ ਪਤਾ ਹੁੰਦਾ ਇਹਦਾ, ਪਤਾ ਹੀ ਆ ਪਹਿਲੇ ਨੂੰ ਵਿਆਹ ਜੀ ਆ, ਆਪਾਂ ਨੂੰ ਨਹੀਂ ਕੋਈ ਕਹਿੰਦਾ, ਆਪਾਂ ਨੂੰ ਪੱਪਲੇ ਮਾਰਦੇ ਬੰਦੇ, ਆਪਾਂ ਨੂੰ ਕਿਹਨੇ ਕਹਿਣਾ ਸੀਗਾ, ਮੈਂ ਤਾਂ ਕਦੇ ਉੱਥੇ ਜਾ ਕੇ ਵੀ ਨਹੀਂ ਬੈਠੀ, ਮੈਂ ਤਾਂ ਬੈਠੀ ਰਹਿੰਦੀ ਆ, ਖੇਤ ਵਗ ਗਿਆ ਨਾ, ਨਾ ਕੋਈ ਨਿੰਦਿਆ ਨਾ ਚੁਗਲੀ ਚੁਗਲੀ, ਤੇ ਤੂੰ ਦੇਖ ਲੈ ਆਪਦਾ ਘਰੇ ਬੈਠੀ ਰਹੀ ਨਾ ਆਰਾਮ, ਆਪਾਂ ਤਾਂ ਕੰਮ 'ਚ ਹੀ ਆਏ ਆ, ਹੁਣ ਤੈਨੂੰ ਨਹੀਂ ਪਤਾ ਇਹਦੀ ਮਾਂ ਔਖੀ ਹੋਵੇ, ਆ ਇਹਨੂੰ ਤਾਂ ਹੀ ਆ, ਹਾਂ ਵੀ ਕਿਉਂ ਸੁਖ ਲਈ ਜਾਂਦੀ ਹੈ, ਸੁਖ ਲੈਂਦੀ ਆ, ਪਰ ਤੇਰੇ ਤਾਂ ਨਹੀਂ, ਸਾਨੂੰ ਤਾਂ ਮੇਰੀ ਮਾਂ ਦਾ ਸੁਖ ਲੈ ਲੈਂਦੇ, ਇਹ ਆਈ ਮੱਚਦੀ ਆ, ਮੱਚਦੀ ਆ, ਅੱਗ ਮੱਚਦੀ ਹੈ, ਨਹੀਂ ਵੀ ਇਹਨਾਂ ਦੇ ਤਾਂ ਰੰਗ ਲੱਗਾ ਪਿਆ। ਚੰਗਾ ਬੇਬੇ,
ਕਿਸੇ ਵੇਲੇ ਨਾ ਮਾੜਾ ਮੋਟਾ ਮਾਨ ਤਾਨ ਤਾਂ ਦੋਨਾਂ ਦੀ ਕਰੇ, ਮਾਨ ਤਾਨ ਤਾਂ ਮੈਂ ਤਾਂ ਮੱਝਾਂ ਨੂੰ ਮੀਰਾ ਪਾਉਣਾ ਮੇਰਾ ਭਾਕਾ ਪੁੱਤ ਮੈਂ ਕਰ ਰਾਮ ਨਾਲ ਇਸੇ ਕਮਰੇ ਚ ਬਹਿਜਾ ਕਰ, ਐਵੇਂ ਤੂੰ ਤਾਂ ਬਹਿਜੇ ਤੁਰੀ ਫਿਰਿਆ ਕਰ, ਨਹੀਂ ਇਹਨੂੰ ਤਾਂ ਮੈਂ ਹੀ ਕਰੂੰ ਲੋਟ ਲੰਬੋ ਜੀ ਬਾਹਲੀ ਮੱਚਦੀ ਹੈ ਤਾਂ ਆਪਣੀ ਬਹੂ ਤੇ, ਇਹ ਤਾਂ ਉਂਗਲਾਂ ਲਾ ਲਾ ਕੇ ਨਾ ਘਰ ਪਾੜ ਦਿੰਦੀ ਅਗਲੇ ਦਾ, ਉਹ ਪਹਿਲਾਂ ਚਾਚੇ ਕੇ ਵੀ ਪਾੜੇ ਹੁਣ ਮੈਂ ਹੀ ਕਰੂੰ ਲੋਟ, ਲੈ ਮੈਂ ਸਾਂ ਬੰਨੇ ਨੀਰਾ ਪਾਈ ਉਹਨਾਂ ਨੂੰ ਨੀਰਾ ਪਾਈ ਤੂੰ ਪਾਇਆ ਹੀ ਨੀਰਾ ਤਾਂ ਮੈਂ ਵਧੀਆ ਕਰਿਆ ਨੀਰਾ ਤੂੰ ਪਾਈ ਹਾਂ ਉਰੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਮੜੀ ਕੀ ਗੱਲ ਕਰਨੀ ਹੈ ਮੈਂ ਤਾਂ ਗੋਹੇ ਪਾ ਕੇ ਆਉਣੇ ਹਾਰ ਚ ਮੈਂ ਤਾਂ ਹਾਰ ਚ ਗੋਹੇ ਪਾਉਣ ਭੁੱਲ ਗਈ ਮੈਂ ਤਾਂ ਮੱਝਾਂ ਬੰਨਣ ਭੱਗ ਗਈ ਫਿਰ ਬੇਬੇ ਲੜੂਗੀ ਮੇਰੇ ਨਾਲ ਵੀ ਦਾਲ ਨਹੀਂ ਧਰੀ ਜੋ ਤੂੰ ਗੋਹੇ ਪਾਉਣ ਗਈ ਸੀ ਹਾਂ ਮੈਨੂੰ ਐ ਲੱਗਦਾ ਤੈਨੂੰ ਥੋੜੀ ਤੇਜ਼ ਵਾਲੀ ਲੱਗੀ ਪਈ ਸੀ ਉੱਥੇ ਪਾਣੀ ਪਾਣੀ ਕਰਦੀ ਸੀ ਵਾਲੀ ਉਧਰ ਹੀ ਦਰੂੜੀ ਤੇ ਲੈਣ ਗਈਆਂ ਹਾਂ ਹਾਂ ਮੈਨੂੰ ਸਾਰਾ ਗੱਲਾਂ ਦੱਸੀਆਂ ਨੇ ਤਾਈ ਨੇ ਮੇਰੀ ਗੱਲ ਸੁਣ ਲੈ ਤੇਰੀ ਪਿਆਸ ਤਾਂ ਇਹੀ ਅਹੀ ਜੀ ਪਿਆਸ ਬੁਝਾਵਾਂਗੇ ਤੇਰੀ ਯਾਦ ਹੀ ਰੱਖਾਂਗੇ ਤੂੰ ਨਾ ਫੇਰ ਕੀ ਹੋਗਾ ਜੇ ਮੈਂ ਤਾਈ ਕੋਲੇ ਪਾਣੀ ਪੀ ਲਈ ਪੀਕੇਂਗੇ ਉਹਦੇ ਹਾਂ ਮੈਨੂੰ ਸਾਰੀਆਂ ਗੱਲਾਂ ਤਾਈ ਨੇ ਪਹਿਲੇ ਤਾਈ ਆਪ ਲੈ ਗਈ ਮੇਰੇ ਕੋਲੇ ਗਲਾਸ ਮੈਨੂੰ ਕਹਿੰਦੀ ਲੈ ਪੁੱਤ ਪਾਣੀ ਪੀ ਲੈ ਠੰਡਾ ਮੈਂ ਪਾਣੀ ਬਣਾਇਆ ਕੀ ਲੈਣਾ ਤੂੰ ਉਹਦੇ ਪਾਣੀ ਤੋਂ ਉਹ ਬਣਾਈ ਬੈਠੀ ਸੀ ਉਹ ਵਿਚਾਰੀ ਉਹਨੇ ਮੈਨੂੰ ਘੁੱਟ ਦੇਤਾ ਨਿੰਬੂ ਪਾਣੀ ਸੀਗਾ ਹਾਂ ਉਹਦੇ ਕਿਹੜੇ ਨਿੰਬੂ ਪਾਣੀ ਨੇ ਹਾਂ ਉਹ ਤਾਂ ਮੇਰੀ ਮਾਂ ਨਾਲ ਨਹੀਂ ਕੱਟੀ ਆਪਾਂ ਨੂੰ ਅੱਡ ਕਰਾਉਣ ਨੂੰ ਫਿਰਦੀ ਹੈ ਉਹਦੀਆਂ ਗੱਲਾਂ ਨਾ ਸੁਣਿਆ ਕਰ ਸਿਆਣੀ ਬਣ ਜਾ ਮਾੜੀ ਮੋਟੀ ਸਿਆਣੀ ਬਣਨ ਨੂੰ ਮੈਂ ਕਰ ਕੀ ਦਿੱਤਾ ਇਹੋ ਜਿਹਾ ਫਿਰ ਕੀ ਹੋਗਾ ਜੇ ਮੈਂ ਤਾਈ ਕੋਲੇ ਬਾਹਰ ਜਾਣੀ ਹੈ ਸੌ ਹੱਥ ਰੱਸਾ ਕਹੇ ਸਿਰੀ ਤੇ ਗੰਢ ਸਿਆਣੇ ਕਹਿੰਦੇ ਹੁੰਦੇ ਨੇ ਇਹ ਗੱਲਾਂ ਮੈਂ ਤੈਨੂੰ ਸਿਆਣਪ ਨਹੀਂ ਸਮਝਾਉਣਾ ਤਾਈ ਨੂੰ ਜੇ ਬੁਲਾਉਂਦੀ ਦੇਖ ਲਈ ਨਾ ਫਿਰ ਦੇਖ ਲੈ ਮੈਂ ਤੇਰੇ ਨਾਲ ਕੀ ਕਰੂੰਗਾ ਉਹਨੇ ਵੀ ਕਰ ਪੱਟਿਆ ਨੇ ਪਹਿਲਾਂ ਚੁਗਲੀਆਂ ਕਰ ਕਰਕੇ ਕਿਹਦਾ ਪੱਟਤਾ ਵਿਚਾਰੀ ਨੇ ਮੈਂ ਮੇਰੇ ਤੇ ਮਾਂ ਨਾਲ ਉਹ ਨਹੀਂ ਕੱਟੀ ਉਹ ਕਿਸੇ ਨਾਲ ਨਹੀਂ ਕੱਟਦੀ ਉਹ ਮੈਨੂੰ ਤਾਂ ਉਹ ਕੁਝ ਨਹੀਂ ਕਹਿੰਦੀ ਮੇਰੇ ਤਾਂ ਬਾਹਲੇ ਕਰਦੀ ਹੈ ਵਿਚਾਰੀ ਉਹ ਕਰਦੀ ਤਾਂ ਹਰਿਕਦੀ ਹੈ ਹਾਂ ਪਹਿਲਾਂ ਉਹ ਅਗਲੇ ਨੂੰ ਖੈਰ ਸੁੱਖ ਪੁੱਛਦੀ ਹੈ ਕਰਦੀ ਮਗਰੋਂ ਕਰਦੀ ਹੈ ਚੁਗਲੀਆਂ ਅਗਲੀਆਂ ਤੂੰ ਉਹਦੇ ਬਾਰੇ ਜਾਣਦੀ ਨਹੀਂ ਹੈਗੀ ਮੈਂ ਜਾਣਦਾ ਉਹਦੇ ਬਾਰੇ ਫੇਰ ਕੀ ਹੋ ਗਿਆ ਜੇ ਵਗ ਜਾਂਦੀ ਹੈ ਵਿਚਾਰੀ ਕੋਲੇ ਉਹਦੇ ਕਿਹੜਾ ਹੋਰ ਧੀ ਪੁੱਤ ਹੈ ਉਹ ਗੱਲ ਮੈਨੂੰ ਉਹ ਬੁਲਾ ਲੈਂਦੀ ਮੈਂ ਤੇ ਕੋਲੇ ਵਗ ਜਾਂਦੀ ਆ ਨਾਲੇ ਮੈਂ ਕਿਹੜਾ ਕੋਈ ਬਾਹਲੀ ਦੂਰ ਜਾਂਦੀ ਆਪਣੇ ਘਰ ਦੇ ਵਿੱਚ ਹੀ ਤਾਂ ਉਹਦੀ ਬੈਠ ਕੇ ਫੇਰ ਕੀ ਹੁੰਦਾ ਜੀ ਇਧਰਲੇ ਬਾਹਰ ਮੈਂ ਮੇਰੀ ਗੱਲ ਸੁਣ ਲੈ ਜੇ ਉਹ ਕੱਟਣ ਵਾਲੀ ਹੁੰਦੀ ਮੇਰੀ ਮਾਂ ਨਾ ਇੱਥੇ ਬੈਠੀ ਰਹਿੰਦੀ ਹੈ ਉੱਥੇ ਕਾਹਨੂੰ ਪਾਉਂਦੇ ਉਹਨੂੰ ਮਾਲ ਨਹੀਂ ਡੰਗਰ ਉਹਦੇ ਕੰਮ ਨਹੀਂ ਧੰਦਾ ਨਹੀਂ ਉਹਦਾ ਚੁਗਲੀ ਕਰਦੀ ਹੈ ਸਾਰਾ ਦਿਨ ਬੇਬੇ ਘੱਟ ਹੈਗੀ ਬੇਬੇ ਨਹੀਂ ਕਰਦੀ ਅੱਛਾ ਅੱਛਾ ਬੇਬੇ ਦੇ ਖਿਲਾਫ ਤੂੰ ਬੋਲਣ ਵੀ ਲੱਗ ਗਈ ਭੜਕਾਦਾ ਨਾ ਤੈਨੂੰ ਮੈਨੂੰ ਇਹਨਾਂ ਗੱਲਾਂ ਦਾ ਪਹਿਲਾਂ ਹੀ ਪਤਾ ਸੀਗਾ ਵੀ ਉਹ ਭੜਕਾਊਗੀ ਭੜਕਾਊਗੀ ਬਸ ਮੈਂ ਇੱਕੋ ਹੀ ਗੱਲ ਹੈ ਮੁੜ ਕੇ ਮੈਂ ਤੈਨੂੰ ਬਖਸ਼ਣਾ ਨਹੀਂਗਾ ਜੇ ਤੂੰ ਤਾਈ ਕੋਲੇ ਗਈ ਆ ਦੇਖ ਲੈ ਸਿੱਧਾ ਆਪਦੇ ਕੰਮ ਨੂੰ ਜਾਇਆ ਕਰ ਸਿੱਧੀ ਵਾਪਸ ਮੁੜ ਕੇ ਆਇਆ ਕਰ ਭਾਵੇਂ ਤੈਨੂੰ ਲੱਖ ਬੋਲ ਮਾਰੀ ਜਾਵੇ ਉਹਦੇ ਕੋਲ ਨਹੀਂ ਜਾਣਾ ਮੁੜ ਕੇ ਚੱਲ ਨਾ ਜਾਊਂਗੀ ਜੀ ਹਾਂ ਬਸ ਤੈਨੂੰ ਬੰਦਿਆਂ ਨੂੰ ਸਮਝਾਤਾ ਮੈਂ ਤੈਨੂੰ ਮੈਂ ਆਖਰੀ ਵਾਰੀ ਕਹਿਣਾ ਹੁਣ ਜੇ ਹੁਣ ਤਾਈ ਕੋਲੇ ਗਈ ਨਾ ਲੱਤਾਂ ਟੁੱਟਦੇ ਰਹੇ ਲੱਤਾਂ ਦੇਖ ਲੈ ਸੋਚ ਲੈ ਤੂੰ ਹੁਣ ਮੈਨੂੰ ਤਾਂ ਲੱਗਦਾ ਮਾਂ ਨੇ ਉਂਗਲਾਂ ਲਾਤੀਆਂ ਇਹਦੀ ਮਾਂ ਨੇ ਸਿਖਾਇਆ ਲੱਗਦਾ ਤਾਂ ਹੀ ਕਹਿੰਦਾ ਮੈਂ ਲੱਤਾਂ ਤੋੜ ਦੂੰ ਤੇਰੀਆਂ ਕੋਈ ਨੀ ਮੈਂ ਤਾਂ ਨਾ ਜਾਊਂਗੀ ਵਿਚਾਰੀ ਕੋਲੇ ਦੂਰੋਂ ਬੁਲਾ ਲਿਆ ਕਰੂੰਗੀ ਕਿੱਡੇ ਪਾਪੀ ਹੈ ਦੋਨੇ ਮਾਂ ਪੁੱਤ ਹੁਣ ਤਾਂ ਕੋਈ ਕੰਮ ਨੀ ਹਰਪ੍ਰੀਤ ਪਤਾ ਨੀ ਕਦੋਂ ਕ ਬਾਹਰ ਆਊਗੀ ਮੈਂ ਤਾਂ ਉਹਦੀ ਖਾਤਰ ਅੰਬ ਲਈ ਬੈਠੀ ਸੀਗੀ ਅੰਬ ਲਿਆਈ ਸੀਗੀ ਮੈਂ ਖਾਉਂ ਦੇ ਦੂੰ ਫੜਾ ਦੂੰ ਪੁੱਛ ਕੇ ਖਾ ਲੂਗੀ ਆਉਂਦੀ ਆ ਹਰਪ੍ਰੀਤ ਕੀ ਹੈ ਤਾਈ ਕਿੱਧਰ ਜਾਂਦੀ ਆ ਤਾਈ ਮੈਂ ਤਾਂ ਆਰੋ ਤੋਂ ਪਾਣੀ ਲਿਆਉਣੀ ਆ ਆਰੋ ਤੋਂ ਡਿਦੂ ਹਾਂ ਫਿਰ ਬਾਲਟੀ ਭਰ ਕੇ ਲਿਆ ਦੇ ਤਾਈ ਜੇ ਤੇਰੇ ਕੋਲੇ ਆ ਗਈ ਨਾ ਮੈਨੂੰ ਉਹਨਾਂ ਨੇ ਧਮਕੀ ਦਿੱਤੀ ਹੈ ਉਹਨੇ ਮੇਰੀ ਬੇਬੇ ਨੇ ਉਹਨੂੰ ਉਂਗਲਾਂ ਲਾਤੀਆਂ ਦੇ ਮੁੰਡੇ ਦੇ ਉਹ ਮੈਨੂੰ ਕਹਿੰਦਾ ਜੇ ਤਾਈ ਕੋਲੇ ਖੜੀ ਤੇ ਆ ਗਈ ਨਾ ਤੇਰੀਆਂ ਲੱਤਾਂ ਤੋੜ ਦੂੰ ਤੇਰੀਆਂ ਨਾ ਤੋੜ ਦਾਂ ਬੁੜੀ ਉਮਰ ਚ ਕੁਛ ਨਹੀਂ ਕਰ ਸਕਦੇ ਨਾ ਤੇਰਾ ਹਾਂ ਉਹਨੂੰ ਆ ਤੂੰ ਮੇਰੇ ਕੋਲੇ ਆ ਲੈ ਅੰਬ ਜੇ ਪਾਣੀ ਲੈਣ ਜਾਣੀ ਹੈ ਜਾਂ ਤਾਂ ਉੱਥੇ ਜਾਂਦੀ ਜਾਂਦੀ ਖਾ ਲਈ ਰਾਹ ਚ ਤੇ ਜਾਂ ਘਰੇ ਆ ਕੇ ਖਾ ਲਈ ਤਾਈ ਜੇ ਮੈਂ ਉੱਥੇ ਲੈ ਗਈ ਕਿਸੇ ਨੇ ਦੱਸ ਤਾਂ ਵੀ ਉੱਥੇ ਬੈਠੀ ਅੰਬ ਖਾਈ ਜਾਂਦੀ ਸੀ
ਫਿਰ ਤੈਨੂੰ ਪਤਾ ਹੀ ਮੇਰੇ ਨਾਲ ਮਾਂ ਪੁੱਤ ਕੀ ਕਰਨਗੇ, ਪਾਣੀ ਫੇਰ ਲਿਆਉ ਪਹਿਲਾਂ ਮੈਂ ਕਿ ਅੰਬ ਖਾ ਜਾਂਦੀ ਹਾਂ। ਕੋਈ ਨੀ ਮੈਂ ਤੇਰੇ ਕੋਲੇ ਬਹਿ ਗਈ ਤੇ ਤੇਰੇ ਨਾਲ ਲੜਨਗੇ, ਮੈਂ ਕਰੀ ਜਾਣਾ ਸਕਦੇ ਹੋ ਤੂੰ ਇਹਨਾਂ ਨਾਲ ਡਰਿਆ ਕਰੋ ਨਾ, ਤੂੰ ਤਾਈ ਡਰਾਬੇ ਦੇ ਪਟਾਕੇ ਮਾਰਦੇ ਆ ਤਾਈ, ਮੈਨੂੰ ਡਰ ਲੱਗਦਾ ਹੈ ਮੇਰੇ ਕਿਹੜਾ ਉਹੀ ਗੱਲ ਮਾਪੇ ਪੇਕਿਆਂ ਦਾ ਜ਼ੋਰ ਹੈ, ਜੇ ਤਾਂ ਮਾਪੇ ਪੇਕੇ ਤਕੜੇ ਹੋਣ ਫਿਰ ਤਾਂ ਸਾਰਾ ਕੁਛ ਕਰ ਲਾਂ। ਤੂੰ ਪਰੇਸ਼ਾਨ ਨਾ ਹੋਇਆ ਕਰ, ਮੈਂ ਤੇਰੇ ਨਾਲ ਹੈ ਸਭ ਕੁਛ, ਮੈਂ ਤੈਨੂੰ ਹੀ ਲਿਉ। ਚਲ ਉਹ ਤਾਂ ਪਤਾ ਹੀ ਹੈ ਤਾਈ ਮੈਨੂੰ, ਮੈਂ ਕਰਦੀ ਹਾਂ ਤੈਨੂੰ ਮੈਂ ਹੀ ਸਾਂਭੂਗੀ, ਮੈਂ ਤੇਰੇ ਨਾਲ ਕਰਾਉਂ ਸਾਰਾ ਕੁਛ, ਮੇਰਾ ਜਿਹੜਾ ਮੇਰੇ ਕਿਹੜਾ ਕੋਈ ਪੁੱਤ ਧੀ ਹੈ ਮੈਂ ਤੇਰੇ ਨਾਲ ਹੀ ਕਰਾਉਂਗੀ। ਚੱਲ ਕੋਈ ਨੀ ਤਾਈ, ਉਹਨਾਂ ਕੋਲੇ ਗੱਲ ਨਾ ਕਰੀ ਵੀ ਮੈਂ ਸਾਰਾ ਕੁਛ ਇਹਨੂੰ ਦੇਊਂਗੀ, ਪਾਣੀ ਫੇਰ ਮਹੀਨਾ ਹੋਇਆ ਗਈ ਨੀ। ਇੱਕ ਤਾਂ ਗਲਤੀ ਤਾਂ ਮੇਰੀ ਵੀ ਹੈ, ਆ ਛੋਟਾ ਆਰ ਓ ਠੀਕ ਨੀ ਕਰਾਇਆ ਗਾ, ਉਹ ਖਰਾਬ ਹੋਇਆ ਪਿਆ ਕਿੱਡੇ ਦਾ ਆਰ ਓ, ਲੈ ਵੱਡੇ ਤੋਂ ਕਹਿੰਦੀ ਮੈਂ ਤਾਂ ਹੁਣ ਬਾਲਟੀ ਭਰ ਲਿਆਉਣੀ ਆ, ਆਰ ਓ ਕੋਈ ਦੂਰ ਵੀ ਨੀ ਹੈਗਾ ਨਾਲ ਹੀ ਇੱਥੇ ਆਰ ਓ ਹੈ, ਮੁੜ ਕੇ ਆਈ ਨੀ ਹੈਗੀ, ਇਧਰੀਆਂ ਰਾਂਗੀ ਪਸੋਂ ਵੀ ਨੀ ਆ ਗਈ ਹੋਵੇ, ਪਰ ਪਾਣੀ ਤਾਂ ਇੱਥੇ ਧਰੂਗੀ ਲਿਆ ਕੇ, ਬਾਲਟੀ ਤਾਂ ਆ ਪਈ ਹੈ, ਕੋਈ ਆ ਬੈਠੀ ਹੈ ਤਾਂ ਲੈ ਦੇਖ ਦੇਖ ਕੀ ਖਾਈ ਜਾਣੀ ਹੈ। ਕੁਛ ਨੀ ਕੁਛ ਨੀ, ਅੰਬ ਸੀਗਾ ਮੈਂ ਦੇਖਿਆ ਤੈਨੂੰ ਖਾਂਦੇ ਉਹਦੇ ਬੜਾ ਅੰਬ ਮੈਨੂੰ, ਅੰਬ ਕਿੱਥੋਂ ਲਿਆਂਦਾ ਤੂੰ ਇਹ, ਮੈਨੂੰ ਤਾਂ ਲੱਗਦਾ ਬਾਲਟੀ ਵੀ ਖਾਲੀ ਲਈ ਬੈਠੇ, ਮੈਨੂੰ ਤਾਂ ਲੱਗਦਾ ਦਾਣੇ ਦੂਣੇ ਦੀ ਭਰ ਕੇ ਲੈ ਕੇ ਸਿੱਟੇ ਹੀ ਦਾਣੇ। ਨਾ ਨਾ ਦਾਣੇ ਨੀ ਸਿੱਟ ਕੇ ਆਈ, ਦਾਣੇ ਨੀ ਸਿੱਟੇ ਮੈਂ, ਹੋਰ ਅੰਬ ਕਿੱਥੋਂ ਆ ਗਏ ਫਿਰ ਇਹ, ਮੈਂ ਦਾਣੇ ਕਿੱਥੋਂ ਸਿੱਟਤੇ, ਬੇਬੇ ਨੇ ਤਾਂ ਫਰਿੱਜ ਨੂੰ ਜਿੰਦਾ ਲਾ ਰੱਖਿਆ, ਨਾਲੇ ਕਮਰੇ ਨੂੰ ਜਿੰਦਾ ਲਾ ਰੱਖਿਆ, ਸਾਰੇ ਕਿਤੇ ਤਾਂ ਬੇਬੇ ਨੇ ਜਿੰਦੇ ਲਾ ਰੱਖੇ। ਮੈਨੂੰ ਪਤਾ ਸਾਰੇ ਜਿੰਦੇ ਲੱਗੇ ਹੋਏ, ਪੇਟੀ ਨੂੰ ਵੀ ਜਿੰਦਾ, ਫਰਿੱਜ ਨੂੰ ਵੀ ਜਿੰਦਾ, ਆ ਢੋਲ ਨੂੰ ਤਾਂ ਨੀ ਜਿੰਦਾ ਦਾਣੇ ਵਾਲੇ ਨੂੰ, ਹੁਣ ਢੋਲ ਨੂੰ ਵੀ ਜਿੰਦਾ ਲਾਉਣਾ ਪਊਗਾ। ਹੁਣ ਮੈਨੂੰ ਤਾਂ ਪਤਾ ਨੀ ਮੈਂ ਕਿਹੜਾ ਕਣਕ ਦੇਖੀ ਕਿੱਥੇ, ਤੇ ਫਿਰ ਅੰਬ ਆਇਆ ਕਿੱਥੋਂ, ਇਹ ਦਾਣੇ ਤੋਂ ਸਿੱਟੇ ਨੀ ਜੀ, ਅੰਬ ਕਿੱਥੋਂ ਕਿੱਥੋਂ ਪੈਸੇ ਚੱਕੇ ਸੀ ਕਿਥੋਂ, ਨਾ ਪੈਸੇ ਵੀ ਨੀ ਮੈਂ ਚੱਕੇ, ਫਿਰ ਅੰਬ ਕਿੱਥੋਂ ਆ ਗਿਆ ਇਹ, ਅੰਬ ਤਾਂ ਬਸ ਕਿਸੇ ਨੇ ਦੇਤਾ ਮੈਨੂੰ। ਕਿਸੇ ਨੇ ਦੇਤਾ, ਮੈਂ ਤਾਂ ਰੋਜ਼ ਬਾਹਰ ਜਾਂਦਾ, ਮੈਨੂੰ ਤਾਂ ਕਿਸੇ ਨੇ ਅੰਬ ਦਿੱਤਾ ਨੀ, ਤੈਨੂੰ ਕਿਹਨੇ ਅੰਬ ਦੇਤਾ ਹੈ, ਇਹ ਤਾਂ ਉੱਥੇ ਜਵਾਕ ਖਾਈ ਜਾਂਦੇ ਛੋਟੇ ਛੋਟੇ, ਉਹਨਾਂ ਨੇ ਦੇਤਾ ਮੈਨੂੰ। ਉਹਨੇ ਤਾਂ ਖੋਲਿਆ ਤੂੰ ਜਵਾਕ, ਜਵਾਕਾਂ ਤਾਂ ਖੋਲਿਆ, ਖੋਲਿਆ ਕਾਹਨੂੰ, ਜਵਾਕਾਂ ਨੇ ਆਪ ਦੇਤਾ, ਜਵਾਕ ਵੰਡੀ ਜਾਂਦੇ ਸੀ। ਤੈਨੂੰ ਸ਼ਰਮ ਚਾਹੀਦੀ ਹੈ ਮਾੜੀ ਬੁੱਟੀ, ਸੰਗ ਚਾਹੀਦੀ ਹੈ, ਜਵਾਕ ਪੇਪਰਾਂ ਜਵਾਕਾਂ ਨੂੰ ਫੜ ਕੇ ਅੰਬ ਖਾਣੀ, ਪੇਪਰਾਂ ਚੋਂ ਪਾਸ ਹੋਇਆ ਸੀ ਜਵਾਕ, ਆ ਫੜ ਲੈ ਪਰੇ, ਪਾਸ ਹੋਇਆ ਸੀ ਉਹਨੂੰ ਫੀਸਟ ਕਰੀ ਇਹਨੂੰ, ਤੇ ਪਾਣੀ ਕੌਣ ਲਿਆਊਗਾ, ਪਾਣੀ ਫਿਰ ਲਿਆਉਂਗੀ, ਜਵਾਕ ਕਹਿੰਦੇ ਆਂਟੀ ਪਹਿਲਾਂ ਅੰਬ ਖਾ ਲਾ ਫੇਰ ਲੈ ਆਈ ਪਾਣੀ, ਪਾਣੀ ਤੇਰੀ ਭੈਣ ਲਿਆਉਗੀ, ਭੈਣ ਲਿਆ ਫੜ ਕੇ, ਪਾਣੀ ਲਿਆਉਣੀ ਫਿਰ ਜੇ ਮੈਂ ਰਾਹ ਚ ਖਾਂਦੀ ਗਈ ਫਿਰ ਤੂੰ ਆਖੇਗਾ ਰਾਹ ਚ ਕਿਉਂ ਗਈ, ਅੰਬ ਤਾਂ ਖਾ ਲਾ, ਪਹਿਲਾਂ ਅੰਬ ਉੱਥੋਂ ਲੈ ਕੇ ਮੁੜ ਕੇ ਆ ਗਈ, ਫਿਰ ਅੰਬ ਖਾ ਕੇ ਜਾਵਾਂ, ਮੈਨੂੰ ਰੱਖ ਲਈ ਦੋ ਮਿੰਟ, ਭੁੱਖੀ ਮਰਦੀ ਸੀ ਕਿਹੜੇ ਤੂੰ ਐ, ਭੁੱਖ ਲੱਗੀ ਪਈ, ਰੋਟੀ ਵੀ ਨੀ ਦਿੱਤੀ ਬੇਬੇ ਨੇ ਮੈਨੂੰ, ਯਾਰ ਰੋਟੀ ਨੀ, ਤੈਨੂੰ ਰੋਟੀ ਨੀ ਦਿੱਤੀ, ਕਿਵੇਂ ਚਿੰਬੜੀ ਪਈ ਅੰਬ ਨੂੰ ਖਾਣ ਦੇ ਕਾ, ਐ ਲੱਗਦਾ ਜਿਵੇਂ ਕੋਈ ਕਈ ਸਾਲਾਂ ਦੀ ਭੁੱਖੀ ਹੁੰਦੀ ਹੈ, ਭੁੱਖੇ ਕਰਦੀ ਵਗ ਗਿਆ। ਮੈਂ ਤਾਂ ਤਾਈ ਦਾ ਨਾਂ ਨੀ ਲਿਆ, ਜੇ ਮੈਂ ਤਾਈ ਦਾ ਨਾਂ ਲੈ ਦਾਂਗੀ ਨਾ ਮਾਂ ਪੁੱਤ ਹੁਣ ਜਾ ਚਿੰਬੜ ਦੇ ਤਾਈ ਨੂੰ, ਤਾਈ ਦਾ ਤਾਂ ਇਹ ਸਿਰ ਪਾੜ ਦਾਂਦੇ, ਤਾਈ ਨੇ ਵਿਚਾਰੀ ਨੇ ਮੇਰੇ ਖਾਤਰ ਦੇ ਖਲੰਬ ਰੱਖਿਆ, ਉਹ ਤਾਂ ਮੇਰੇ ਦਿਮਾਗ ਚ ਆ ਗਈ ਗੱਲ ਵੀ ਉੱਥੇ ਜਵਾਕਾਂ ਨੇ ਦੇਤਾ, ਜਵਾਕ ਪੇਪਰਾਂ ਚੋਂ ਪਾਸ ਹੋਏ ਸੀ ਉਹਨਾਂ ਨੇ ਵੰਡੇ, ਕਿਤੇ ਇਹ ਦੇਖਣ ਨਾ ਵਗ ਜਾਣ ਮਾਂ ਪੁੱਤ ਇਹੋ ਜਿਹੀ ਨੂੰ ਬਾਹਲੇ ਚੰਦਰੇ ਨੂੰ, ਕੀ ਕਰਾਂ ਐ ਕਰਦੀ ਆ, ਲੁਕੋ ਕੇ ਲੈ ਜਾਂਦੀ ਆ ਅੰਬ, ਪਾਣੀ ਲੈ ਆਉਂਦੀ ਆ ਆ ਕੇ ਖਾ ਲੂੰਗੀ, ਪਹਿਲਾਂ ਪਾਣੀ ਦੀ ਬਾਲਟੀ ਭਰ ਲਿਆ ਮੈਂ, ਉੱਠੀ ਵੇਖ ਕੇ ਖਾ ਲੂ,
ਪਤਾ ਨੀ ਕੀ ਗੱਲ ਹੋ ਗਈ, ਤਾਈ ਨੇ ਇੰਨੀ ਕਾਹਲੀ ਕਾਹਲੀ ਫੋਨ ਲਾਇਆ, ਮੈਨੂੰ ਤਾਂ ਸੋਚ ਲੱਗੀ ਪਈ ਆ ਤਾਂ ਕੀ ਗੱਲ ਹੋਊਗੀ ਕੀ ਪਤਾ। ਚੱਲ ਪੁੱਛਦੀ ਆ ਤਾਈ ਨੂੰ। ਸਤਿ ਸ੍ਰੀ ਅਕਾਲ ਤਾਈ। ਸਤਿ ਸ੍ਰੀ ਅਕਾਲ ਪੁੱਤ, ਆ ਗਈ? ਹਾਂ, ਹੋਰ ਕਿਵੇਂ? ਠੀਕ ਆ? ਠੀਕ ਠਾਕ, ਵਧੀਆ। ਨਾ ਕੀ ਗੱਲ ਹੋ ਗਈ, ਫੋਨ ਲਾ ਤਾ ਮੈਨੂੰ, ਮੈਨੂੰ ਸੋਚ ਲੱਗ ਗਈ, ਕੀ ਗੱਲ ਹੋ ਗਈ? ਸੋਚ ਤਾ ਆਪਣਾ ਰਾਜਵੀਰ, ਹਾਂ, ਤੇਰੀ ਮਾਂ ਬਾਹਰ ਤੰਗ ਕਰਦੀ ਹਰਪ੍ਰੀਤ ਨੂੰ। ਅੱਛਾ, ਆਹੋ ਫੇਰ ਹੁਣ ਮੈਂ ਤੈਨੂੰ ਤਾਂ ਹੀ ਸੱਦਿਆ। ਅੱਛਾ, ਮੈਂ ਕਿਹਾ ਉਹ ਸਮਝਾ ਤੇਰੀ ਮਾਂ ਨੂੰ। ਇਹ ਤਾਂ ਫਿਰ ਮੇਰੀ ਮਾਂ ਦੀ ਗਲਤ ਗੱਲ ਆ। ਹਾਂ, ਤੂੰ ਉਹਨੂੰ ਕਹੀ ਤੇਰੀ ਮਾਂ ਨੂੰ? ਹਾਂ, ਕਹਿੰਦੇ ਮਾਂ ਨੂੰ ਜਾ ਕੇ ਕਹੀ ਮੇਰੀ ਸੱਸ ਮੈਨੂੰ ਬਾਹਰ ਤੰਗ ਕਰਦੀ ਹੈ, ਡਰਾਮਾ ਬਣਾਈ, ਫੇਰ ਤੇਰੀ ਮਾਂ ਸਮਝੂਗੀ, ਫੇਰ ਲੋਟ ਆਊਗੀ। ਹਾਂ, ਵੀ ਜੇ ਮੈਂ ਆਪਦੀ ਨੂੰ ਤੰਗ ਕਰਦੀ, ਅਸੀਂ ਮੇਰੀ ਧੀ ਨੂੰ ਤੰਗ ਕਰਦੀ ਇਹਦੀ ਸੱਸ। ਜਦੋਂ ਆਪਦੀ ਧੀ ਨਾਲ ਹੁੰਦੀਆਂ ਉਦੋਂ ਪਤਾ ਲੱਗਦਾ, ਉਦੋਂ ਪਤਾ ਲੱਗਦਾ ਹੈ। ਨਹੀਂ, ਇਹ ਤਾਂ ਵਿਚਾਰੀ ਦਾ ਉਹਨੂੰ ਕੀ ਦੁੱਖ ਹੋਊ? ਹਾਂ, ਇਹਨੂੰ ਕੀ ਦੁੱਖ ਹੋਣਾ ਸੀਗਾ, ਨਾ ਤਾਂ ਇਹਨੂੰ ਰੋਟੀ ਦਿੰਦੀ ਹੈ, ਅੱਛਾ, ਨਾ ਇਹਨੂੰ ਚਾਹ ਦੇਵੇ ਟਾਈਮ ਸਿਰ, ਫੇਰ ਤੇ ਸਾਰਾ ਦਿਨ ਧੁੱਪੇ ਤੋਰੀ ਫਿਰਦੀ ਹੈ। ਲੈ ਦੇਖ, ਗਲਤ ਗੱਲ ਹੈ ਤਾਂ ਫਿਰ। ਹਾਂ, ਤੇਰਾ ਭਰਾ ਵੀ ਰਾਜਵੀਰ ਕਿਸੇ ਕੰਮ ਦਾ ਨਹੀਂ, ਉਹ ਵੀ ਐਂ ਕਰਨ ਲੱਗ ਗਿਆ। ਉਹ ਵੀ ਬਹੁਤ ਮਾੜਾ ਹੈ। ਚੱਲ, ਸੱਸਾਂ ਤਾਂ ਸੁਣਿਆ ਵੀ ਕਰਦੀਆਂ ਨੇ। ਹਾਂ, ਉਹ ਮੈਂ ਇਥੋਂ ਅੰਬ ਲਏ ਗਈ ਵਿਚਾਰੀ, ਮੈਂ ਦੇਤਾ ਬੋਲ ਮਾਰ ਕੇ, ਮੈਂ ਕਿਹਾ ਭੁੱਖੀ ਕਈ ਤੁਰੀ ਫਿਰਦੀ ਆ। ਅੱਛਾ, ਉਹ ਅੰਬ ਖਾਣ ਲੱਗ ਗਈ, ਉਹਨੇ ਨਾ ਬਾਹਲੀ ਕੁੱਤੇ ਖਾਣੀ ਕਰੀ ਅੰਬ ਪਿੱਛੇ। ਲੈ ਦੱਸ ਵੀ ਅੰਬ ਦੀ ਕੀ ਗੱਲ ਆ ਹਨਾ? ਆ ਕਹਿੰਦੀ ਕਿੱਥੋਂ ਲਿਆਏ ਆ ਆਪਣਾ, ਕਹਿੰਦਾ ਮੁੰਡਾ ਤੇਰਾ ਭਾਈ। ਅੱਛਾ, ਮਾਰਿਆ ਮੂਰਿਆ ਤਾਂ ਨੀ ਭਾਬੀ ਦੇ? ਮੈਨੂੰ ਕੀ ਪਤਾ ਮਾਰਿਆ ਹੋਊ ਜਾਂ ਨਾ ਮਾਰਿਆ ਹੋਊ, ਮੈਂ ਤਾਂ ਉੱਥੇ ਬੋਲਦੇ ਸੁਣਦੇ ਸੀਗੇ ਲੜਦੇ। ਇਹਦਾ ਮਗਰ ਲੱਗਦਾ ਤੇਰੀ ਮਾਂ ਦੇ, ਤੂੰ ਉਹਨੂੰ ਮੱਤ ਦੇ ਦੇ ਮਾੜੀ ਮੋਟੀ। ਹੁਣ ਮੈਂ ਤਾਂ ਡਰਦੀ ਤੇਰੀ ਮਾਂ ਤੇ ਉੱਥੇ ਬਹਿ ਗਈ, ਆਪਦਾ ਦੋ ਰੋਟੀਆਂ ਪਕਾ ਲੈਣੀ ਖਾ ਲੈ। ਮੱਤ ਮੈਂ ਹੁਣ ਕੱਲੀ ਕਿਵੇਂ ਦੇਵਾਂ? ਜਾਂ ਤਾਂ ਫਿਰ ਕੋਈ ਤੂੰ ਰਾਏ ਨਾਲ ਚੱਲ, ਮੇਰੇ ਨਾਲ ਕੋਈ ਰਾਏ ਬਣਾ, ਆਪਾਂ ਕਰਦੇ ਆ ਲੋਟ ਫਿਰ ਉਹਨਾਂ ਦੋਨਾਂ ਨੂੰ। ਰਾਏ ਮੇਰੇ, ਮੈਂ ਤਾਂ ਹਰਪ੍ਰੀਤ ਨੂੰ ਆਖਿਆ ਵੀ ਜਿਹੜੀ ਚਾਹੇ ਜਾ ਤਾਂ ਮੈਂ ਤੇਰੇ ਨਾਲ ਕਰਾ ਦੂ, ਜਮਾ ਨਾ ਤੋ ਡਰਿਆ ਕਰ। ਹੁਣ ਜਦੋਂ ਮੇਰੇ ਨਾਲ ਹੋਣਗੀਆਂ, ਆਪਾਂ ਬੇਬੇ ਨੂੰ ਐ ਕਹਾਂਗੇ, ਮੇਰੇ ਵਾਲੀ ਨੂੰ, ਹਾਂ, ਵੀ ਮੈਨੂੰ ਮੇਰੀ ਸੱਸ ਤੰਗ ਕਰਦੀ ਹੈ, ਹਾਂ, ਫਿਰ ਦੇਖਦੇ ਆ ਕਾਲਜਾ ਮੱਚਦਾ ਕਿ ਨਹੀਂ ਮੱਚਦਾ। ਹਾਂ, ਫਿਰ ਪਤਾ ਲੱਗੂਗਾ, ਫਿਰ ਪਤਾ ਲੱਗੂ, ਫਿਰ ਇਹ ਵੀ ਕਿਸੇ ਦੀ ਧੀ ਆਏਗੀ। ਹਾਂ, ਵੀ ਇਹ ਵੀ ਕਿਸੇ ਦੀ ਤੈਨੂੰ ਆਖੂਗੀ ਉਹ ਵੀ, ਹਾਂ ਪੁੱਤ ਤੈਨੂੰ ਕਿਉਂ ਤੰਗ ਕਰਦੀ ਆ। ਹਾਂ, ਉਹਨੇ ਫਿਰ ਤੂੰ ਦੱਸੀ ਉਹਨੂੰ ਵੀ ਤੂੰ ਵੀ ਹਰਪ੍ਰੀਤ ਨੂੰ ਐਂ ਤੰਗ ਕਰਦੀ ਐ। ਹਾਂ, ਐਂ ਕਰਨਾ ਪਊਗਾ ਇਹਨਾਂ ਨਾਲ। ਹਾਂ, ਫਿਰ ਸਮਝਾ ਦੇ ਜਾ ਕੇ ਤੇਰੀ ਮਾਂ ਨੂੰ। ਚੱਲ ਮੈਂ ਸਮਝਾਉਣੀ ਆ। ਹਾਂ, ਮੈਂ ਚਾਹ ਪਾਣੀ ਪੀ ਕੇ ਚੰਗਾ ਤੇਰੇ ਕੋਲ ਹੀ ਆਉਣੀ ਆ। ਕੋਈ ਨੀ, ਤੂੰ ਕਹੋ ਮੱਤ ਦੇ ਮਾੜੀ ਮੋਟੀ, ਦੇਖ ਕੇ ਆਵਾਂ ਮੈਂ। ਆਹ ਬਾਲ ਜਾ ਕਹਿ ਕੇ ਆਵਾਂ, ਪੁੱਛ ਜਾ ਕੇ ਉਹਨੂੰ, ਦੇਖੋ ਹੁਣ ਸਮਝਾਊਗੀ। ਜੇ ਕਿਹਾ ਤਾਂ ਕੁੜੀ ਨੂੰ ਬਥੇਰਾ ਆਦਾ, ਉਹ ਤਾਂ ਵਿਚਾਰੀ ਬਾਹਲੀ ਔਖੀ ਆ ਹਰਪ੍ਰੀਤ ਤਾਂ। ਹੁਣ ਦੇਖੋ ਇਹਦੇ ਮਾਖੇ ਤੋਂ ਕੋਈ ਸਮਝ ਆਊ, ਇਹਨਾਂ ਦੇ ਖੁੱਡੇ ਚ ਵੜੂ ਗੱਲ ਜਾਂ ਨਾ ਵੜੂ। ਲੈ ਰਾਜਵੀਰ ਕਿੱਧਰੋਂ ਨੇ ਦੁਪਹਿਰੇ ਦੁਪਹਿਰੇ ਮੇਰੀ ਧੀ, ਨਾ ਫੋਨ ਕਰਾਂ ਨਾ ਵਾਸਤਾ, ਨਹੀਂ ਜਾ ਕੇ ਲਿਆਉਂਦੇ ਅੱਡੇ ਤੋਂ। ਕੀ ਹੋ ਗਿਆ ਰਾਜਵੀਰ? ਸਾਰਾ ਦਿਨ ਕੰਮ ਪਿੱਛੇ ਕਲੇਸ਼, ਖਾਣ ਪੀਣ ਪਿੱਛੇ ਕਲੇਸ਼, ਤੇ ਆਪ ਤਾਂ ਸੂਰ ਵਰਗੀ ਹੋਈ ਪਖਾ ਕੇ ਤੇ ਆਪ ਨੀ ਕੰਮ ਕਰਦੀ? ਕੁਛ ਨੀ, ਖਾਣ ਪੀਣ ਦਿੰਦੇ ਬੇਬੇ ਮੈਨੂੰ ਤਾਂ। ਹਾਂ, ਤਾਂ ਹੀ ਤਾਂ ਹੋਇਆ ਪਿਆ। ਹੋਰ ਮੂੰਹ ਮੈਂ ਮਰ ਜਾ, ਨਾ ਤੰਗ ਕਰਦੇ ਹੋਰ ਦਾਜ ਦੂ ਪਿੱਛੇ ਕਰਦੀ ਹੈ, ਸਾਰਾ ਕੁਛ ਹੀ ਕਰਦੇ ਨੇ ਬੇਬੇ ਸਾਰਾ ਦਿਨ। ਜੇ ਕੋਈ ਕੰਮ ਕਰ ਲਾਂ ਤਾਂ ਉਹ ਚ ਨਗੋ ਚ ਕੱਢ ਦਿੰਦੀ ਹੈ ਮੇਰੀ ਸੱਸ। ਅੱਛਾ, ਉਹੀ ਜ਼ਿਆਦੇ ਕਰਦੀ ਹੈ? ਮੈਂ ਤੁਹਾਨੂੰ ਉਹਦੀਆਂ ਲੱਤਾਂ ਫਿਰ ਸਮਾ, ਉਹਦੇ ਵੀ ਉਂਗਲਾਂ ਲਾ ਲਾ ਕੇ ਮੈਨੂੰ ਕਟਵਾ ਦਿੰਦੀ ਹੈ। ਆ ਜਾਣ ਦੇ ਤੇਰੇ ਭਰਾ ਨੂੰ, ਫਿਰ ਅਸੀਂ ਜਾਂਦੇ ਆਂਗੇ। ਕਿੱਥੇ ਜਾਂਦੇ ਆ ਬੇਬੇ? ਤੋੜਾਂਗੇ ਉਹਦੀਆਂ ਲੱਤਾਂ,
ਨਾਲੇ ਪਰਚਾ ਪਵਾਵਾਂਗਾ ਉਹਦੇ ਤੇ। ਚੱਲ ਕੋਈ ਨਾ ਬੇਬੇ, ਪਰਚਾ ਤਾਂ ਕਾਹਨੂੰ ਪਵਾਉਣਾ, ਨਹੀਂ ਪਰਚੀ ਪਵਾਵਾਂਗਾ, ਜੇਲ ਚ ਭੇਜ ਦਾਂਗਾ ਉਹਨਾਂ ਨੂੰ। ਮੇਰਾ ਘਰ ਖਰਾਬ ਹੋ ਜੂ ਬੇਬੇ, ਮੇਰਾ ਘਰ ਖਰਾਬ ਹੋ ਜੂ। ਹੋਰ ਹੁਣ ਘਰ ਖਰਾਬ ਹੋ ਜੂ, ਮੇਰਾ ਘਰ ਖਰਾਬ ਹੋ ਜੂ ਆ ਜਾ ਪਰ ਪਰਚਿਆਂ ਨਾਲ ਕਦੇ ਬੰਦੇ ਸਿੱਧੇ ਹੋਈ ਆ ਤਾਂ ਹੋਰ ਗੱਲ ਖਰਾਬ ਹੋਊਗੀ ਨਾ। ਮੇਰੀ ਗੱਲ ਸੁਣ, ਹਾਂ ਤੇ ਤੂੰ ਇੱਧਰ ਸਿੱਧੀ ਆ ਗਈ ਕਿ ਤੇਰੇ ਤਾਈ ਕੋਲ ਖੜੀ ਸੀ? ਨਾ ਬੇਬੇ, ਮੈਂ ਤਾਂ ਸਿੱਧੀ ਤੇਰੇ ਕੋਲੇ ਆਈ ਆ, ਤਾਈ ਕੋਲੇ ਕਿੱਥੇ ਖੜ ਗਈ ਮੈਂ? ਤਾਈ ਦਾ ਇਹ ਜੀ ਹੈ ਨਹੀਂ ਜਿਹੜੀ ਤੈਨੂੰ ਨਾ ਖੜਾ ਮੇ ਕੋਲੇ। ਨਹੀਂ ਬੇਬੇ, ਮੈਂ ਨਹੀਂ ਖੜੀ, ਮੈਂ ਤਾਂ ਸਿੱਧੀ ਆਈ ਆ। ਮੈਨੂੰ ਤਾਂ ਐ ਲੱਗਦਾ ਮੈਂ ਤੇਰੇ ਤਾਈ ਨੇ ਸਿਖਾ ਕੇ ਭੇਜੀ ਹੁਣ, ਤੂੰ ਤਾਂ ਇੱਧਰ ਨਹੀਂ ਸਿਖਾ ਕੇ ਭੇਜੀ ਮੇਰੀ ਤਾਈ ਨੇ। ਤੈਨੂੰ ਕਾਹਦਾ ਡਰ ਆ ਬੇਬੇ? ਮੈਨੂੰ ਕਾਹਦਾ ਡਰ ਆ, ਮੈਨੂੰ ਵੀ ਡਰ ਆ, ਮੈਂ ਉਹਨੂੰ ਹਰਪ੍ਰੀਤ ਨੂੰ ਤੰਗ ਕਰਦੀ ਆ। ਤੂੰ ਹਰਪ੍ਰੀਤ ਨੂੰ ਤੰਗ ਕਰਦੀ ਆ ਤੂੰ? ਪਰ ਕੰਮ ਜਦੋਂ ਕੰਮ ਨਹੀਂ ਕਰਦੀ ਫਿਰ ਤੰਗ ਹੀ ਕਰੂੰ ਮੈਂ? ਨਾ ਬੇਬੇ, ਤੂੰ ਤੰਗ ਕਾਹਤੋਂ ਕਰਦੀ ਆ? ਜੇ ਮੈਂ ਤੈਨੂੰ ਕਰਦਾ ਮੈਂ ਕਰਦੀ ਆ, ਤੇ ਫਿਰ ਜੇ ਤੂੰ ਹਰਪ੍ਰੀਤ ਨੂੰ ਤੰਗ ਨਾ ਕਰੇ ਉਹ ਮੈਨੂੰ ਕਿਉਂ ਕਰਨ? ਹਰਪ੍ਰੀਤ ਫਿਰ ਕੰਮ ਨਹੀਂ ਕਰਦੀ ਫਿਰ ਮੈਂ ਤੰਗ ਹੀ ਕਰੂੰਗੀ? ਕੰਮ ਨਹੀਂ ਧੰਦਾ ਨਹੀਂ ਕਰਦੀ? ਮੈਨੂੰ ਤਾਂ ਕੋਈ ਨਹੀਂ ਤੰਗ ਤੁੰਗ ਕਰਦਾ। ਅੱਛਾ, ਆਹੋ ਮੈਂ ਤਾਂ ਹਰਪ੍ਰੀਤ ਮਾਰੀ ਆਈ ਆ। ਅੱਛਾ, ਹਰਪ੍ਰੀਤ ਸਾਈ ਤੇ ਆਈ ਆ? ਬੇਬੇ ਤੂੰ ਸਿਆਣੀ ਬਹਿਣੀ ਆ, ਤੇਰੀ ਚੰਗੀ ਗੱਲ ਨਹੀਂ ਹੈਗੀ ਇਹ। ਅੱਛਾ, ਤੇਰੇ ਤਾਈ ਨੇ ਤੇ ਹਰਪ੍ਰੀਤ ਨੂੰ ਉਂਗਲਾਂ ਲਾ ਕੇ ਇੱਧਰ ਭੇਜੀ ਤੂੰ ਮੇਰੇ ਕੋਲੇ? ਨਾ ਉਂਗਲਾਂ ਮੇਰੇ ਕੋਈ ਨਹੀਂ ਲੰਘਾ, ਮੈਂ ਤਾਂ ਆਪ ਹੀ ਬਥੇਰੀ ਸਿਆਣੀ ਆ। ਪਹਿਲਾਂ ਵੀ ਆਉਂਦੀ ਸੀ, ਪਹਿਲਾਂ ਤੇਰੀ ਆ, ਪਹਿਲਾਂ ਤਾਂ ਤੂੰ ਮੇਰੀ ਕਰਾਉਂਦੀ ਸੀ, ਹੁਣ ਤੂੰ ਹਰਪ੍ਰੀਤ ਦੀ ਤਾਈ ਕਰਾਉਣੀ ਆ। ਹਰਪ੍ਰੀਤ ਦੀ ਮੈਂ ਕਰਾਉਣੀ? ਚੱਲ ਵਿਚਾਰੀ ਨਰਮ ਆ, ਭੋਲੀ ਆ, ਤੇ ਕੀ ਗੱਲ ਸੀ ਤੁਸੀਂ ਹਰਪ੍ਰੀਤ ਨੂੰ ਕੁੱਟਿਆ ਅੰਬ ਪਿੱਛੇ? ਨਰਮ ਹੋ ਭੋਲੀ ਹੋ ਤੇਰੇ ਨਾਲ, ਉਹ ਮੇਰੇ ਨਾਲ ਤਾਂ ਬਥੇਰਾ ਉਹ ਕਰਦੀ ਹੈ ਕਿ ਬਥੇਰਾ ਅੜਦੀ ਹੈ। ਮੈਂ ਤੁਹਾਨੂੰ ਨਹੀਂ ਕਰਦੀ ਬੇਬੇ, ਤੂੰ ਸਿਆਣੀ ਹੋ ਜਾ, ਤੇ ਜੇ ਮੈਂ ਸੱਚੀ ਹੁਣ ਮੈਨੂੰ ਕੁੱਟ ਕੇ ਘਰੋਂ ਦਬਲ ਦਿੰਦੇ ਮੈਂ ਇੱਥੇ ਆ ਕੇ ਬਹਿ ਜਾਂਦੀ ਫਿਰ ਚੰਗੀ ਗੱਲ ਸੀ? ਫਿਰ ਤੇਰਾ ਢਿੱਡ ਮੱਚਦਾ ਨਾ, ਉਹ ਵੀ ਕਿਸੇ ਦੀ ਧੀ ਆ। ਅੱਛਾ, ਤੂੰ ਹੁਣ ਉਹ ਬਣਾ ਕੇ ਲਿਆਈ ਆ ਗੱਲ ਤੇਰੀ ਤਾਈ ਨੇ ਦੱਸਿਆ ਤੈਨੂੰ? ਆਹੋ, ਗੱਲ ਬਣਾ ਕੇ ਲਿਆਈ ਆ ਮੈਂ ਤਾਂ, ਤੈਨੂੰ ਸਿਆਣੀ ਕਰਨ ਵਾਸਤੇ ਗੱਲ ਬਣਾਈ ਆ। ਅੱਛਾ, ਤੂੰ ਮੈਨੂੰ ਸਿਆਣੀ ਕਰਨ ਆਈ ਆ? ਹਾਂ, ਤੈਨੂੰ ਸਿਆਣੀ ਕਰਨ ਆਈ ਆ। ਨਾ ਮੈਂ ਕਮਲੀ ਸੀ ਤੇਰੇ, ਜੋ ਤੂੰ ਕੁਮਾਰੀ ਸੋਲ ਮੈਂ ਕਮਲੀ ਸੀ, ਹੁਣ ਮੈਂ ਹੋ ਗਈ। ਉਹੀ ਗੱਲ, ਹੌਲੀ ਹੌਲੀ ਬੰਦੇ ਦਾ ਫਰਕ ਪੈ ਜਾਂਦਾ, ਸਿਆਣਾ ਬਣ ਕੇ ਇਹੀ ਦਾ ਹੁੰਦਾ। ਨੌਂ ਧੀ ਰੱਖਣੀ ਬਹੁਤ ਔਖੀ ਆ। ਤੇਰੇ ਤਾਈ ਨੇ ਉਂਗਲਾਂ ਲੰਘਾ, ਮੇਰੇ ਤੇ ਗੱਲ ਲਾ ਕੇ ਦੇਖ, ਜੇ ਮੈਨੂੰ ਮੇਰੀ ਸੱਸ ਸੱਚੀ ਤੰਗ ਕਰੇ ਕੁੱਟ ਮਾਰ ਕਰੇ ਤੇਰੇ ਢਿੱਡ ਔਖਾ ਹੋਊਗਾ ਨੀ? ਔਖਾ ਤਾਂ ਹੋਊਗਾ ਹੀ ਪਰ ਮੇਰਾ, ਤੇ ਫੇਰ ਉਹ ਵੀ ਵਿਚਾਰੀ ਆਖਰ ਨੂੰ ਨੂੰਹ ਆ ਤੇਰੀ। ਨੂੰਹ ਤਾਂ ਪਰ ਹੁਣ ਜਦੋਂ ਅੱਖੀ ਨੀ ਲੱਗਦੀ ਫਿਰ ਮੈਂ ਤਾਂ ਹੀ ਕਰਦੀ ਸੀ ਤੰਗ। ਕੋਈ ਨੀ ਬੇਬੇ, ਪਿਆਰ ਨਾਲ ਸਮਝਾਇਆ, ਨਾ ਦਾਲ ਪੜਦੀ ਆ ਨਾ ਟਾਈਮ ਨਾਲ ਰੋਟੀ ਪਕਾਉਂਦੀ ਆ, ਫਿਰ ਮੈਨੂੰ ਕਹਿੰਦੀ ਤੂੰ ਤਾਂ ਖਾਣ ਨੀ ਦਿੰਦੀ। ਬੇਬੇ ਤੂੰ ਨਾਲ ਲੱਗ ਜਾਇਆ ਕਰ ਕੰਮ ਕਰਾਉਣ, ਫਿਰ ਨਾਲ ਹੀ ਲੱਗਦੀ ਆ ਤਾਂ ਵੀ ਤੇਰੇ ਤਾਈ ਕੋਲੇ ਜਾ ਕੇ ਬਹਿ ਜਾਂਦੇ, ਫਿਰ ਤਾਈ ਕੋਲੇ ਕਾਹਤੋਂ ਬਹਿੰਦੇ ਜਾ ਕੇ? ਤਾਈ ਵਿਚਾਰੀ ਕਿਹੜਾ ਮਾੜਾ ਮਾੜੀ ਮਤ ਤਾਈ ਵਿਚਾਰੀ ਨੀ, ਤਾਈ ਤਾਂ 12 ਤਾਲੀ ਆ। ਨਹੀਂ ਹੈਗੀ ਤਾਈ 12 ਤਾਲੀ, ਐਵੇਂ ਨਾ ਤੂੰ ਤੇਰੇ ਤਾਈ ਨੂੰ ਕਹਿ ਲਾਡੇ ਲਾਇਆ ਕਰ ਨਾ। ਮੈਨੂੰ ਤਾਂ ਤੂੰ ਕਹਿਣ ਲੱਗ ਗਈ ਤੇ ਤੇਰੇ ਤਾਈ ਕੋਲੇ ਵੀ ਕਹਿ ਕੇ ਆਉਂਦੀ? ਕੋਈ ਨੀ ਕਹਿ ਦੂੰਗੀ ਤਾਈ ਨੂੰ ਵੀ, ਬੇਬੇ ਤੂੰ ਤਾਂ ਸ਼ੁਰੂ ਤੋਂ ਇਹੋ ਜੀ, ਹੁਣ ਮੈਨੂੰ ਪਤਾ ਮੈਂ ਤਾਂ ਕਹਿ ਦੂੰਗੀ ਮੈਂ ਬੁਰੀ ਲੱਗਦੀ ਆ, ਹੁਣ ਤੁਹਾਨੂੰ ਨੰਦ ਪ੍ਰਜਾਈ ਨੂੰ ਬੁਰੀ ਲੱਗਦੀ ਆ ਮੈਂ? ਨਹੀਂ, ਇਹੋ ਜੀ ਗੱਲ ਨਹੀਂ ਹੈਗੀ, ਮੈਂ ਤੈਨੂੰ ਤਾਂ ਆਹੀ ਸਮਝਾਉਣ ਆਈ ਆ ਬੇਬੇ ਵੀ ਕੋਈ ਨਾ ਤੇਰੀ ਨੂੰਹ ਆ ਦੁਖੀ ਆ ਵਿਚਾਰੀ ਉਹ। ਅੱਛਾ, ਤੈਨੂੰ ਫੋਨ ਕਰ ਮੇਰੇ ਤੇ? ਹਾਂ, ਗੱਲ ਲਾ ਕੇ ਦੇਖਿਆ ਕਰ ਤੂੰ ਜਦੋਂ ਉਹਨੂੰ ਕੁਛ ਕਹਿਣੀ ਹੁੰਦੀ ਆ। ਅੱਛਾ, ਇਹ ਗੱਲ ਆਊਗੀ? ਹਾਂ, ਇਹੀ ਗੱਲ ਆ ਬੇਬੇ, ਨਾਲੇ ਬਾਈ ਨੂੰ ਸਮਝਾਇਆ ਕਰ। ਤੂੰ ਹੀ ਸਮਝਾ ਲੈ ਫਿਰ ਬਾਈ ਨੂੰ ਵੀ। ਚੱਲ ਕੋਈ ਨੀ, ਮੈਂ ਕਰਦੀ ਆ ਗੱਲ। ਮੈਂ ਜਾਣੀ ਆ ਮਾਇਆ ਨੂੰ ਤਾਂ ਮੈਂ ਦਿੰਨੀ ਪਤਾ, ਮੈਂ ਤੋੜਦੀ ਆ ਲੱਤਾਂ ਮਾਇਆ ਦੇ ਘਰ ਚ, ਅੱਗ ਖੰਡਾਉਂਦੀ ਫਿਰਦੀ ਆ। ਉਹ ਕਿਧਰਾਂ ਦੀ ਡੰਡਾ ਚੱਕੀ ਤਾਂ ਬਾਹਰ ਡੋਣੀ ਆ ਮਾਰੂ। ਨਿਕਲ ਨੀ ਮਾਇਆ ਬਾਹਰ, ਬਾਹਰ ਖੋਲ ਯਾਰੀ, ਬਾਹਰ ਤੋੜੀ ਨਹੀਂ ਐ, ਬਾਹਰ ਖੋਲ ਤੂੰ। ਸਾਰੇ ਘਰ ਚ ਅੱਗ ਖੰਡਾਉਂਦੀ ਫਿਰਦੀ ਆ। ਕਾਹਦੀ ਖੰਡਾਈ? ਨਾ ਕੰਮ ਦੀ ਨਾ ਧੰਦੇ ਦੀ। ਕਾਹਦੀ ਅੱਗ ਖੰਡਾਈ? ਤੂੰ ਬਾਹਰ ਬਾਹਰ ਖੋਲ। ਕਾਹਦੀ? ਤੈਨੂੰ ਮੈਂ ਲਾਟ ਤੋੜਾਂ ਤੇਰੀਆਂ ਲੱਤਾਂ, ਕਦੇ ਮੁੰਡੇ ਨੂੰ ਲੜਾਤਾ, ਕਦੇ ਨੂੰਹ ਨੂੰ ਲੜਾਤਾ, ਅੱਜ ਧੀ ਨੂੰ ਲੜਾਤਾ। ਬਾਹਰ ਖੋਲ ਨੀ। ਨੀ ਮੈਂ ਨਹੀਂ ਸੱਦੀ ਤੇਰੀ, ਸੱਦੀ ਨੂੰ ਤੂੰ ਬਾਹਰ। ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ, ਅਸੀਂ ਨਾਮ ਬੋਲਣ ਜਾ ਰਹੇ ਹਾਂ।
ਜਿੰਦਰ ਕੌਰ ਦਾਹਰੀ, ਜੋਬਨ ਸਿੱਧੂ, ਗੀਤਾ ਰਾਣੀ ਲੁਧਿਆਣਾ, ਕੁਲਵਿੰਦਰ ਕੌਰ ਨਾਗਰਾ, ਗਗਨ ਸੰਧੂ, ਭੁਪਿੰਦਰ ਸਿੰਘ, ਅਮਰ ਸਿੰਘ ਪਟਿਆਲਾ, ਨਰਸੀ ਰਾਮ ਬਠਿੰਡਾ, ਕਮਲਦੀਪ ਬਠਿੰਡਾ, ਗੁਰਸੇਵਕ ਸਿੰਘ, ਡਾਕਟਰ ਰਣਜੀਤ ਸਿੰਘ ਖੰਘੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ, ਹਰਸ਼ਪ੍ਰੀਤ ਕੌਰ ਸੰਧੂ, ਸਵਰਨਜੀਤ ਕੌਰ ਬੈਰੋਕੇ, ਲਾਭੋ ਕੌਰ ਨਥੇਹਾ, ਰਾਣਾ ਲਹਿਰੀ, ਕੁਲਵਿੰਦਰ ਸਿੰਘ ਭੁੱਲਰ, ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ, ਹੈਪੀ ਜੋਸ਼ੀ, ਡੌਲੀ ਸਹਿਨਈ, ਐਸ ਪੀ ਖੋਸਾ ਹਨੂੰਮਾਨਗੜ੍ਹ ਰਾਜਸਥਾਨ, ਵਿਜੇ ਲਕਸ਼ਮੀ, ਮਨਜੀਤ ਕੌਰ, ਪ੍ਰੀਤ ਚੌਹਾਨ, ਰਾਜਵਿੰਦਰ ਕੌਰ ਢਾਲੀਵਾਲ, ਭੋਲਾ ਸਿੰਘ, ਸੁਦੇਸ਼ ਸੋਨੀ, ਰਵਿੰਦਰ ਕੌਰ, ਮਨਪ੍ਰੀਤ ਸਰਾਂ, ਸਤਨਾਮ ਬਾਵਾ, ਮਨਮੋਹਨ ਗਰਗ, ਕਮਲ ਸਿੱਧੂ, ਸੰਕੁੰਤਲਾ ਸ਼ਰਮਾ, ਕੇਵਲ ਸਿੰਘ, ਸੁਖਵੀਰ ਸਿੰਘ, ਸਿਮਰਨਪ੍ਰੀਤ ਕੌਰ ਫੱਲੇਵਾਲ, ਸੁਖੀ ਧਨੌਲਾ, ਸੋਨੂੰ ਢਿੱਲੋਂ, ਲਕਸ਼ਮੀ ਦੇਵੀ, ਰਣਧੀਰ ਕੌਰ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਰੇਖਾ ਸ਼ਰਮਾ, ਅਨੈਤ ਸ਼ਰਮਾ, ਦਰੁਬਿਕਾ ਸ਼ਰਮਾ, ਵਿਸ਼ਵਜੀਤ ਸਿੰਘ, ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਨਹੀਂ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।